ਅੱਜ 4 ਅਕਤੂਬਰ ਹੈ ਦਿਨ ਬੁੱਧਵਾਰ ਹੈ ਆਪ ਲੀਡਰ ਤੇ ਐਮਪੀ ਸੰਜੇ ਸਿੰਘ ਈੜੀ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਚੰਡੀਗੜ੍ਹ ਦੇ ਵਿੱਚ ਦੋ ਬੂਥ ਡਿੱਗੇ ਦੋ ਲੋਕ ਬਚਾਏ ਚਾਰ ਦੇ ਦਬੇ ਹੋਣ ਦਾ ਖਾਤਸ਼ਾ ਐਸਜੀਪੀਸੀ ਚੋਣਾ ਦੀ ਮੱਗੀ ਸਿਆਸਤ ਵੋਟਰ ਸੂਚੀ ਵਿੱਚ ਸੁਧਾਈ 21 ਅਕਤੂਬਰ ਤੋਂ ਕਰਨ ਦਾ ਐਲਾਨ ਐਸਵਾਈਐਲ ਤੇ ਸੁਪਰੀਮ ਕੋਰਟ ਵੱਲੋਂ ਚਿੰਤਾਜਨਕ ਸੰਕੇਤ ਕਹਿੰਦੇ ਪੰਜਾਬ ਸਰਕਾਰ ਸਮਝੌਤਾ ਕਰੇ ਸਿਆਸਤ ਨਹੀਂ ਸਾਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਨਾ ਕਰੇ ਡਿਬਰੂਗੜ੍ਹ ਜੇਲ੍ਹ ਵਿੱਚ ਭੁਖਟਾਲ ਤੇ ਬੈਠੇ ਅਮਰਿਤਪਾਲ ਸਿੰਘ ਤੇ ਸਾਥੀਆਂ ਬਾਰੇ ਐਸਜੀਪੀਸੀ ਤੇ ਜਥੇਦਾਰ ਨੇ ਕਿਹਾ ਕਿ ਮਨੁੱਖੀ ਫਟਨ ਦਾ ਕਹਿਰ ਫੌਜੀ ਕੈਂਪਾਂ ਤੇ ਵਰਿਆ 23 ਫੌਜੀ ਲਾਪਤਾ ਪੰਜਾਬ ਦਾ ਇੱਕ ਹੋਰ ਜਵਾਨ ਪੁੱਤਰ ਫੌਜੀ ਪਰਮਿੰਦਰ ਸਿੰਘ ਕਾਰਗਿਲ ਚ ਸ਼ਹੀਦ ਗੁਰਦੁਆਰਾ ਡਾਂਗਵਾਰ ਸਾਹਿਬ ਤੇ ਕਬਜ਼ੇ ਦੀ ਕੋਸ਼ਿਸ਼ ਐਸਜੀਪੀਸੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਲਈ ਇਲਜ਼ਾਮ ਮਨਪ੍ਰੀਤ ਸਿੰਘ ਬਾਦਲ ਦੀ ਜ਼ਮਾਨਤ ਰੱਦ ਭਰਤਿੰਦਰ ਚੈਲ ਦੀ ਮਨਜ਼ੂਰ ਨਿਊਜ਼ ਕਲਿੱਕ ਵੈੱਬਸਾਈਟ ਦੇ ਸੰਸਥਾਪਕ ਪਰਵੀਰ ਨੂੰ 7 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜਿਆ ਅਮਰੀਕਾ ਨੇ ਕਿਹਾ ਪ੍ਰੈਸ ਦੀ ਆਜ਼ਾਦੀ ਦੀ ਹਮਾਇਤ ਕਰਦੇ ਹਾਂ ਅਮਰੀਕਾ ਨੇ ਫਿਰ ਕਿਹਾ ਕੈਨੇਡਾ ਵੱਲੋਂ ਭਾਰਤ ਤੇ ਲਾਇਆ ਦੋਸ਼ ਗੰਭ

ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਤੇ ਦੁਨੀਆ ਪਰਦੇਸ ਖਾਸ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਲ ਬੁਲੇਟਿਨ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਫਿਰ ਭਾਰਤ ਅਤੇ ਦੁਨੀਆ ਦੀ ਜਾਣਕਾਰੀ ਵੀ ਦੇਵਾਂਗੇ ਪਿਛਲੇ ਕਈ ਦਿਨਾਂ ਤੋਂ ਲਗਭਗ ਇੱਕੋ ਜਿਹਾ ਹੀ ਮੌਸਮ ਚੱਲਿਆ ਆ ਰਿਹਾ ਸੀ ਕਿ ਇੱਕ ਹਫਤਾ ਮੌਸਮ ਖੁਸ਼ਕ ਰਹੇਗਾ ਸਾਫ਼ ਰਹੇਗਾ ਅੱਜ ਮੌਸਮ ਦੀ ਜਾਣਕਾਰੀ ਦੇ ਵਿੱਚ ਥੋੜੀ ਜਿਹੀ ਤਬਦੀਲੀ ਆਈ ਹੈ 9 ਅਕਤੂਬਰ ਨੂੰ ਪੰਜਾਬ ਦਾ ਮੌਸਮ ਬਦਲ ਸਕਦਾ ਹੈ ਹੰਮਸ ਭਰੇ ਹਾਲਾਤ ਬਣ ਸਕਦੇ ਨੇ ਹਾਲਾਂਕਿ ਮੀਂਹ ਪੈਣ 10 ਅਕਤੂਬਰ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਸੁੱਕਾ ਹੀ ਰਹੇਗਾ 9 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੀ ਹਮਸ ਦੀ ਸੰਭਾਵਨਾ ਹੈ ਥੋੜੇ ਜਿਹਾ ਇਲਾਕੇ ਦੇ ਵਿੱਚ ਪਰ ਇੱਥੇ ਵੀ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਤੜਕੇ ਆਥਣੇ ਦਾ ਮੌਸਮ ਹੈ ਜਿਹੜਾ ਉਹ ਲਗਾਤਾਰ ਬਦਲ ਜ਼ਰੂਰ ਰਿਹਾ ਦਿਨ ਛੋਟੇ ਹੋ ਰਹੇ ਨੇ ਤੜਕੇ ਜਿਹੜਾ ਆਪਾਉਣਿਕ 5 ਵਜੇ ਪਹਿਲਾਂ ਚਾਨਣ ਹੋ ਜਾਂਦਾ ਹੁੰਦਾ ਸੀ ਪੂਰੀ ਗਰਮੀ ਦੇ ਵਿੱਚ ਉਹ ਹੁਣ 6:30 6:30 ਵਜੇ ਤੱਕ ਪੂਰਾ ਚਾਨਣ ਜਾ ਕੇ 6:30 ਵਜੇ ਤੱਕ ਹੁੰਦਾ ਹੈ ਜਿਹੜਾ ਮੂਹ ਹਨੇਰਾ ਉਹ ਬਣਿਆ ਰਹਿੰਦਾ ਹੈ ਤੇ ਸ਼ਾਮ ਨੂੰ ਵੀ ਦਿਨ ਛੇਤੀ ਛਿਪ ਜਾਂਦਾ ਹੈ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਦੇ ਲਈ ਸਬਸਿਡੀ ਦੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਐਲਪੀਜੀ ਸਿਲੰਡਰ ਕਰ ਦਿੱਤੀ ਹੈ ਕੇਂਦਰੀ ਮੰਤਰੀ ਅਨੁਰಾಗ್ ਠਾਕੁਰ ਨੇ ਕੈਬਨਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਬੈਠਕ ਹੋਈ ਰੱਖੜੀ ਮੌਕੇ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ ਤੇ ਹੁਣ ਸਬਸਿਡੀ ਹੈ ਜਿਹੜੀ ਉਹ 200 ਦੀ ਬਜਾਏ 300 ਰੁਪਏ ਮਿਲੇਗੀ ਲਾਭਪਾਤਰੀਆਂ ਨੂੰ ਉਜਵਲਾ ਯੋਜਨਾ ਦੇ ਤਹਿਤ ਇੱਕ LPG ਸਿਲੰਡਰ ਦਿੱਲੀ ਦੇ ਵਿੱਚ 703 ਰੁਪਏ ਦੇ ਵਿੱਚ ਉਪਲਬਧ ਹੈ ਤੇ ਤਾਜ਼ਾ ਛੋਟ ਤੋਂ ਬਾਅਦ ਇਸ ਦੀ ਕੀਮਤ 603 ਰੁਪਏ ਹੋ ਜਾਏਗੀ ਯਾਨੀ ਕਿ ਰਖੜੀ ਤੇ ਜਿਹੜੀ 200 ਦੀ ਕਟੌਤੀ ਕੀਤੀ ਸੀ ਉਹਦੇ ਵਿੱਚ ਹੁਣ ਹੋਰ ਕਟੌਤੀ ਕਰ ਦਿੱਤੀ ਗਈ ਹੈ ਕਟੌਤੀ 300 ਰੁਪਏ ਦੀ ਕਰ ਦਿੱਤੀ ਗਈ ਹੈ ਤੇ ਹੁਣ ਸਿਰਫ 603 ਰੁਪਈਆ ਦਾ ਸਿਲੰਡਰ ਮਿਲ ਜਾਏਗਾ ਆਮ ਤੌਰ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਹ ਸਿਲੰਡਰ 900 ਤੋਂ ਵੱਧ ਰੁਪਈਆ ਦਾ ਮਿਲਦਾ ਹੈ ਬਲੈਕ ਦੇ ਵਿੱਚ ਤਾਂ 1100 1200 ਦੇ ਵਿੱਚ 20 ਮਿਲਦਾ ਹੈ ਯਾਨਕਿ ਜਿਨ੍ਹਾਂ ਕੋਲੇ ਕਾਪੀ ਨਹੀਂ ਬਣੀ ਹੁੰਦੀ ਸਿਲੰਡਰ ਦੀ ਉਹਨਾਂ ਨੂੰ ਵੀ ਸਿਲੰਡਰ ਤਾਂ ਮਿਲ ਜਾਂਦਾ ਪਰ ਮਹਿੰਗਾ ਮਿਲਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 12 ਸਾਲਾਂ ਬਾਅਦ ਫੇਰ ਚਰਚਾ ਹੋ ਰਹੀ ਹੈ ਹਾਲਾਂਕਿ ਕਈ ਵਾਰੀ ਚਰਚਾ ਤਾਂ ਹੁੰਦੀ ਰਹਿੰਦੀ ਹੈ ਪਰ ਹੁਣ ਸੁਧਾਈ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ 12 ਸਾਲਾਂ ਬਾਅਦ ਐਸਪੀਸੀ ਦੀਆਂ ਜਨਰਲ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖਮੰਤਰੀ ਮંત્રી ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਰਕਾਰ ਇਸੇ ਮਹੀਨੇ 1 ਅਕਤੂਬਰ ਤੋਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਐਸਜੀਪੀਸੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ ਦੇ ਰਹਾ 1 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ਦੇ ਸਦਾਈ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਬਾਕੀ ਵੇਰਵੇ ਛੇਤੀ ਦੇਾਂਗੇ ਉਸ ਤੋਂ ਬਾਅਦ ਬਾਕੀ ਵੇਰਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਿੱਤੇ ਅਤੇ ਦੱਸਿਆ ਕਿ ਐਤ ਕੀ ਵੋਟਰ ਲਿਸਟ ਕਿਵੇਂ ਤਿਆਰ ਹੋਏਗੀ ਕੰਗ ਨੇ ਆਪਣੀ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਇਸ ਵਾਰੀ ਵੋਟ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਕਾਫੀ ਸੁਧਾਰ ਤੇ ਪਾਰਦਰਸ਼ਤਾ ਲਿਆਂਦੀ ਗਈ ਹੈ ਪਹਿਲਾਂ ਉਮੀਦਵਾਰਾਂ ਦੇ ਵੱਲੋਂ ਵੋਟਰਾਂ ਦੀ ਲਿਸਟ ਗੁਰਦੁਆਰਾ ਚੋਣ ਕਮਿਸ਼ਨ ਨੂੰ ਖੋਦ ਦਿੱਤੀ ਜਾਂਦੀ ਸੀ ਜਿਸ ਦੀ ਵਜ੍ਹਾ ਕਰਕੇ ਗੜਬੜੀ ਹੁੰਦੀ ਸੀ ਧਾਂਦਲੀ ਹੁੰਦੀ ਸੀ ਤੇ ਉਮੀਦਵਾਰ ਆਪਣੇ ਵੋਟਰਾਂ ਦੇ ਹੀ ਵੋਟ ਬਣਾ ਲੈਂਦੇ ਸੀ ਕੁਝ ਕੁ ਲੋਕ ਹੁੰਦੇ ਸੀ ਜਿਹੜੇ ਖੁਦ ਜਾ ਕੇ ਵੋਟ ਬਣਵਾਉਂਦੇ ਸੀ ਜਦ ਕਿ ਇਸ ਵਾਰ ਇਹ ਅਜਿਹਾ ਨਹੀਂ ਹੋਏਗਾ ਕਾਂਗਰਸ ਨੇ ਦੱਸਿਆ ਕਿ ਇਸ ਵਾਰ ਹੀ ਪਿੰਡਾਂ ਦੇ ਵਿੱਚ ਵੋਟਾਂ ਲਈ ਕੈਂਪ ਲਾਏ ਜਾਣਗੇ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਮਿਲਾਇਆ ਜਾਊਗਾ ਤੇ ਫਿਰ ਵੋਟਰ ਲਿਸਟ ਦੇ ਵਿੱਚ ਨਾਮ ਜੋੜਿਆ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰਿਐਕਸ਼ਨ ਆਇਆ ਹੈ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਲਾਉਂਦੇ ਕਿਹਾ ਹੈ ਕਿ ਮੁੱਖ ਮੰਤਰੀ ਜੀ ਤੁਸੀਂ ਹਰ ਕੰਮ ਨੂੰ ਆਪਣੇ ਖਾਤੇ ਪਾਉਣ ਦੇ ਐਲਾਨ ਦੀ ਥਾਂ ਗੁਰਦੁਆਰਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪ੍ਰਸ਼ਾਸਨ ਨੂੰ ਪਾਲਣਾ ਕਰਨ ਦੇ ਉਹ ਹਾਲਾਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੁੰਦਿਆਂ ਚੋਣਾਂ ਦਾ ਸਵਾਗਤ ਵੀ ਕੀਤਾ ਦਰਅਸਲ ਕਮੇਟੀ ਪ੍ਰਧਾਨ ਦੇ ਮੁਤਾਬਿਕ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਮਈ ਦੇ ਵਿੱਚ ਹੀ ਇਸ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਕਹਿੰਦੇ ਜਿਹੜਾ ਤਰੀਕ ਦਾ ਐਲਾਨ ਤੁਹਾਡੇ ਵੱਲੋਂ ਕਰਨਾ ਤੁਕ ਨਹੀਂ ਬਣਦੀ ਇਹ ਗੁਰਦੁਆਰਾ ਚੋਣ ਕਮਿਸ਼ਨ ਦਾ ਕੰਮ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ VOTING ਦੀ ਨਵੀਂ ਪ੍ਰਕਿਰਿਆ ਦਾ ਸਵਾਗਤ ਕੀਤਾ ਹੈ ਕਹਿੰਦੇ ਜਿਹੜਾ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਵੋਟਾਂ ਬਣਾਉਣ ਦਾ ਫੈਸਲਾ ਲਿਆ ਗਿਆ ਉਹਦੇ ਨਾਲ ਵੱਧ ਤੋਂ ਵੱਧ ਸਿੱਖਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਐਸਜੀਪੀਸੀ ਦੀਆਂ ਵੋਟਾਂ ਲਈ ਪਿੰਡਾਂ ਵਿੱਚ ਕੈਂਪ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਜਲਕਿ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਵਾ ਨੇ ਕਿਹਾ ਕਿ ਮੁੱਖ ਮੰਤਰੀ ਜੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇਸ ਵੰਚ ਪਹਿਲਾਂ ਹੀ 25 ਮਈ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਉਸ ਤੋਂ ਬਾਅਦ ਆਪ ਜੀ ਦਾ ਵੱਖਰਾ ਐਲਾਨਨਾਮਾ ਚੋਣ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਹੈ ਸੋ ਇਸ ਗੱਲ ਤੋਂ ਗੁਰੇਜ਼ ਕਰੋ ਚੋਣ ਕਮਿਸ਼ਨ ਆਪਣੇ ਕੰਮ 'ਚ ਸਮਰੱਥ ਹੈ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦਾ ਸਵਾਗਤ ਕਰਨ ਦੇ ਨਾਲ ਸਵਾਲ ਵੀ ਚੁੱਕੇ ਕਿ ਆਖਿਰ ਮੁੱਖ ਮੰਤਰੀ ਭਗਵੰਤ ਮਾਨ ਕਿ ਦੇ ਨਹੀਂ ਐਲਾਨ ਤਾਂ ਗੁਰਦੁਆਰਾ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਜਾਂਦਾ ਹੈ ਮੁੱਖ ਮੰਤਰੀ ਇਸ ਹੱਕ ਨਾਲ ਚੋਣਾਂ ਦੀ ਜਾਣਕਾਰੀ ਦੇ ਰਹੇ ਨੇ ਉਹ ਮੁੱਖ ਮੰਤਰੀ ਨੇ ਜਾਂ ਫਿਰ ਗੁਰਦੁਆਰਾ ਚੋਣ ਕਮਿਸ਼ਨ ਦੇ ਪ੍ਰਧਾਨ ਨੇ ਸੋ ਐਸਜੀਪੀਸੀ ਤੇ ਅਕਾਲੀ ਦਲ ਨੇ ਜਿੱਥੇ ਸੀਐਮ ਦੇ ਵੱਲੋਂ ਬਿਆਨ ਦਿੱਤੇ ਜਾਣ ਦਾ ਐਲਾਨ ਕੀਤਾ ਜਾਂਦਾ ਵਿਰੋਧ ਕੀਤਾ ਉੱਥੇ ਹੀ ਐਸਜੀਪੀਸੀ ਦੀ ਕਾਰਜਕਾਰੀ ਕਾਰਜਕਾਰੀ ਨੇ ਦੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ ਕਰੋਣਾ ਨਾਲ ਇਹ ਵੀ ਕਿਹਾ ਹੈ ਕਿ ਬਿਆਨ ਵੋਟਾਂ ਤੱਕ ਹੀ ਸੀਮਿਤ ਨਾ ਰਹੇ ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਅਖੀਰ ਤੱਕ ਨੇਪਰੇ ਚਾੜਿਆ ਜਾਵੇ ਕਿਉਂਕਿ ਹੁਣ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਕਿ ਚੋਣਾਂ ਹੋਣ ਮੌਜੂਦਾ ਕਮੇਟੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਮੈਂਬਰਾਂ ਦੇ ਪਰਿਵਾਰਿਕ ਮੈਂਬਰ ਤੱਕ ਗੁਰਦੁਆਰਿਆਂ ਦੀ ਦੁਰਵਰਤੋਂ ਕਰ ਰਹੇ ਨੇ ਤੇ ਸੰਗਤ ਚਾਹੁੰਦੀ ਹੈ ਕਿ ਚੰਗੇ ਲੋਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਬਣ ਮੈਂ ਇਹਦਾ ਸਵਾਗਤ ਕਰਦਾ ਹਾਂ ਬਲਕਿ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇਹ ਬਹੁਤ ਜਿਹੜਾ ਲੇਟ ਜਿਹੜਾ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਜਿਹੜੀਆਂ ਚੋਣਾਂ ਨੇ ਬਹੁਤ ਦੇਰ ਤੋਂ ਡਿਊਜ਼ ਨੇ ਪਰ ਨਾ ਮੈਨੂੰ ਇਹ ਆ ਕਿ ਕੱਲਾ ਵੋਟਾਂ ਤੱਕ ਹੀ ਸੀਮਿਤ ਨਾ ਰਹਿ ਜਾਵੇ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਹਨੂੰ ਪੂਰਾ ਇਹ ਨੇਪਰੇ ਚਾੜਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਆਪਣਾ ਇੱਕ ਸਿੱਕਾ ਜਮਾਇਆ ਹੋਇਆ ਹੈ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਗੁਰਦੁਆਰਿਆਂ ਨੂੰ ਆਪਣੇ ਜਿਹੜੀ ਵਰਤੋਂ ਕਰ ਰਹੇ ਨੇ ਦੁਰਵਰਤੋਂ ਕਰ ਰਹੇ ਨੇ ਇਸ ਵਕਤ ਸੰਗਤ ਚਾਹੁੰਦੀ ਆ ਕਿ ਚੰਗੇ ਗੁਰੂ ਕੇ ਸਿੱਖ ਜਿਹੜੇ ਆ ਸੰਗਤ ਚੁਣੇ ਤੇ ਚੰਗਾ ਪ੍ਰਬੰਧ ਹੋਵੇ ਤੇ ਇਹ ਜਿਹੜੀ ਲੁੱਟ ਹੈ ਜਾ ਇਸ ਤਰ੍ਹਾਂ ਦੇ ਸਿਆਸੀ ਜਿਹੜੇ ਹਰਬੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਇਹ ਕੁਦਰਤੀ ਗੱਲ ਹੈ ਜੀ ਜਿਨ੍ਹਾਂ ਦੇ ਕੋਲੋਂ ਜਦੋਂ ਖਿਸਕਣਾ ਹੁੰਦਾ ਕੁਝ ਉਹਨਾਂ ਨੂੰ ਤਾਂ ਹੁਣ ਦਖਲਦਾ ਜੀ ਲੱਗਣੀ ਆ ਤੇ ਜੇ ਜੇ ਮੁੱਖ ਮੰਤਰੀ ਨੇ ਇਹ ਕਹਿ ਦਿੱਤਾ ਵੋਟਾਂ ਬੰਨ ਗਈਆਂ ਹੋਰ ਕੌਣ ਬਣਾਊਗਾ ਫਿਰ ਦਿਲਜੀਤ ਸਿੰਘ ਜੀ ਮੈਂ ਦੱਸ ਦਵੇ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ 25 ਮਈ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਨੋਟੀਫਿਕੇਸ਼ਨ ਆਇਆ ਸੀ ਗੁਰਦੁਆਰਾ ਚੋਣ ਕਮਿਸ਼ਨ ਦੇ ਰਿਟਾਇਰਡ ਜਸਟਿਸ ਐਸ ਐਸ ਸਰ ਚੀਫ ਕਮਿਸ਼ਨਰ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਮੁਖ ਸਕੱਤਰ ਵਿਧੀਕ ਸਕੱਤਰ GRA ਵਿਭਾਗ ਸੂਬੇ ਦੇ ਸਾਰੇ ਡੀਸੀਆਂ ਨੂੰ ਨਿਰਦੇਸ਼ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਸੀ ਕਿ ਛੇਤੀ ਤੋਂ ਛੇਤੀ ਐਸਜੀਪੀਸੀ ਚੋਣਾਂ ਲਈ ਵੋਟਰਾਂ ਦੀ ਲਿਸਟ ਤਿਆਰ ਕੀਤੀ ਜਾਵੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 48 ਸੈਕਸ਼ਨ 49 ਦੀਨ ਵੋਟਰਾਂ ਦੀ ਲਿਸਟ ਤ ਵੱਡੀ ਖਬਰ ਸਤਲੁਜ ਯਮਨਾ ਲਿੰਕ ਨਹਿਰ ਦੇ ਪਾਣੀ ਦੇ ਨਾਲ ਵੀ ਜੁੜੀ ਹੋਈ ਹੈ ਤੇ ਸੰਕੇਤਕ ਹੈ ਪੰਜਾਬ ਦੇ ਲਈ ਪੰਜਾਬ ਦੇ ਲਈ ਇੱਕ ਚੇਤਾਵਨੀ ਹੈ ਪੰਜਾਬ ਦਾ ਪਾਣੀ ਖੋਇਆ ਜਾ ਸਕਦਾ ਹੈ ਐਸਵਾਈਐਲ ਦੇ ਜ਼ਰੀਏ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਜਿਸ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਨੇ ਪੰਜਾਬ ਸਰਕਾਰ ਖਿਲਾਫ ਸਖਤ ਟਿੱਪਣੀ ਕਰਦੇ ਹੋਏ ਕੇਂਦਰ ਨੂੰ ਵੱਡਾ ਨਿਰਦੇਸ਼ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਤੇ ਸਿਆਸਤ ਨਾ ਕਰੇ ਸਰਕਾਰ ਕਾਨੂੰਨ ਤੋੜਤੇ ਨਹੀਂ ਹੈ ਸਾਨੂੰ ਕੋਈ ਸਖਤ ਹੁਕਮ ਦੇਣ ਦੇ ਲਈ ਸਰਕਾਰ ਮਜਬੂਰ ਨਾ ਕਰੇ ਹਰਿਆਣਾ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਸਾਡੇ ਵੱਲੋਂ ਐਸ.ਓ.ਐਲ ਨਹਿਰ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਿਆ ਜਦਕਿ ਪੰਜਾਬ ਦੇ ਵੱਲੋਂ ਹਾਲੇ ਤੱਕ ਨਹੀਂ ਸ਼ੁਰੂ ਹੋਇਆ ਤੇ ਉਹ ਜਾਣਬੁੱਝ ਕੇ ਇਸ ਨੂੰ ਟਾਲ ਰਹੇ ਨੇ ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਵਾਲੇ ਪਾਸਿਓਂ ਐਸ.ਓ.ਐਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਇੱਕ ਸਰਵੇ ਟੀਮ ਪੰਜਾਬ ਭੇਜਣ ਦੇ ਕੇਂਦਰ ਨੂੰ ਨਿਰਦੇਸ਼ ਦਿੱਤੇ ਨੇ ਇਸ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਟੀਮ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਇਹ ਤਰਕ ਰੱਖਿਆ ਸੀ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ S.Y.L ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਹੈ ਜ ਜਿਹੇ ਵਿੱਚ ਮੁੜ ਉਹਨਾਂ ਤੋਂ ਜ਼ਮੀਨ ਵਾਪਸ ਲੈਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਹੈ 2016 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ S.Y.L ਤੇ ਫੈਸਲਾ ਪੰਜਾਬ ਦੇ ਵਿਰੋਧ ਵਿੱਚ ਸੁਣਾਇਆ ਸੀ ਤਾਂ ਉਦੋਂ ਵੀ ਅਕਾਲੀ BJP ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਕੇ ਵੱਡਾ ਸਿਆਸੀ ਦਾਅ ਖੇੜਿਆ ਸੀ ਇਸੇ ਨੂੰ ਆਧਾਰ ਬਣਾ ਕੇ ਹੁਣ ਮਾਨ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖ ਰਹੀ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਚੰਗੀ ਸੋਚ ਨਾਲ ਅੱਗੇ ਵਧੇ ਕਿਉਂਕਿ ਸੁਪਰੀਮ ਕੋਰਟ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਵੀ ਅਦਾਲਤ ਨੂੰ ਦੱਸਿਆ ਕਿ ਅਸੀਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਐਸਵੀਐਲ ਨੂੰ ਲੈ ਕੇ ਮੀਟਿੰਗ ਕਰਵਾਈ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਅਦਾਲਤ ਨੇ ਸੈਂਟਰ ਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਫਿਰ ਕੋਸ਼ਿਸ਼ ਕਰ ਲਓ ਦੋਵੇਂ ਸੂਬਿਆਂ ਦੇ ਨਾਲ ਮੀਟਿੰਗ ਦਾ ਇੰਤਜ਼ਾਮ ਕਰੋ ਤੇ ਵੇਖੋ ਕਿ ਇਸ ਮਸਲੇ ਦਾ ਹੱਲ ਕਿਵੇਂ ਨਿਕਲੂਗਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਆਪਣਾ ਰੁਖ ਸਾਫ਼ ਕਰਨ ਲਈ ਇੱਕ ਰਿਪੋਰਟ ਫਾਈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਸੁਣ ਤੋਂ ਬਾਅਦ ਇਸ ਦੀ ਸੁਣਵਾਈ ਹੁਣ ਅਗਲੇ ਸਾਲ ਜਨਵਰੀ 2024 ਤੱਕ ਲਈ ਦਾਲ ਦਿੰਦੀ ਹੈ ਤੇ ਸੁਪਰੀਮ ਕੋਰਟ ਦੇ ਪੰਜਾਬ ਸਰਕਾਰ ਨੂੰ ਝਟਕਾ ਦੇਣ ਵਾਲੇ ਇਸ ਨਿਰਦੇਸ਼ ਤੋਂ ਬਾਅਦ ਬੀਜੇਪੀ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਆਇਆ ਹੈ ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਲਿਖਿਆ ਕਿ ਮੈਂ ਸਾਫ ਕਰਨਾ ਚਾਹੁੰਦਾ ਕਿ ਪੰਜਾਬ ਦੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ ਹਰਿਆਣਾ ਵਿੱਚ ਬੀਜੇਪੀ ਸਰਕਾਰ ਹੁੰਦੇ ਹੋਏ ਜਾਖੜ ਦਾ ਸਭ ਤੋਂ ਪਹਿਲਾ ਬਿਆਨ ਆਇਆ ਇਹ ਵੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਬਿਆਨ ਕਾਫੀ ਅਹਿਮ ਹੋ ਜਾਂਦਾ ਹੈ ਇਸ ਫੈਸਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੋਲੇ ਨੇ ਕਹਿੰਦੇ ਅਸੀਂ ਸੁਪਰੀਮ ਕੋਰਟ ਦੇ ਹਰ ਫੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਪੰਜਾਬ ਦੇ ਕੋਲ ਅਸਲ ਦੇ ਵਿੱਚ ਹੀ ਕਿਸੇ ਹੋਰ ਨੂੰ ਦੇਣ ਲਈ ਪਾਣੀ ਹੈ ਹੀ ਨਹੀਂ ਅਸੀਂ ਆਪਣੇ ਲੋਕਾਂ ਦੇ ਹੱਕ ਮਾਰ ਕੇ ਤਾਂ ਨਹੀਂ ਕਿਸੇ ਨੂੰ ਪਾਣੀ ਦੇ ਸਕਦੇ ਮੇਰੀ ਕਹਿੰਦੇ ਸੀਐਮ ਨੂੰ ਅਪੀਲ ਹੈ ਭਗਵੰਤ ਮਾਨ ਨੂੰ ਕਿ ਵਧੀਆ ਤੋਂ ਵਧੀਆ ਵਕੀਲ ਆਪਣਾ ਪੱਖ ਰੱਖਣ ਦੇ ਲਈ ਸੁਪਰੀਮ ਕੋਰਟ ਚ ਭੇਜੇ ਜਾਣ ਪਹਿਲਾਂ ਵੀ ਇਸ ਮੁੱਦੇ ਕਰਕੇ ਪੰਜਾਬ ਨੇ ਕਾਲਾ ਦੌਰ ਦੇਖਿਆ ਹੈ ਇਸ ਲਈ ਕੇਸ ਦੀ ਪੈਰਵਾਈ ਵਧੀਆ ਤਰੀਕੇ ਦੇ ਨਾਲ ਕਰਕੇ ਮੁੱਦੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਅਕਾਲੀ ਦਲ ਵੀ ਬੋਲਿਆ ਹੈ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਪੰਜਾਬ ਦੇ ਪਾਣੀ ਨੂੰ ਹਰਿਆਣਾ ਤੇ ਰਾਜਸਥਾਨ ਨੂੰ ਦੇਣਾ ਚਾਹੁੰਦੇ ਨੇ ਕਿਉਂਕਿ ਉੱਥੇ ਵੋਟਾਂ ਪੈਣੀਆਂ ਨੇ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਇਹ ਤੁਸੀਂ ਪੰਜਾਬੀ ਚ ਸਮਝ ਲਓ ਕਿ ਨਾ ਤਾਂ ਪੰਜਾਬ ਕੋਲ ਪਾਣੀ ਹੈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਐਸ.ਵੀ.ਐਲ ਨਹਿਰ ਕਿਸੇ ਵੀ ਕੀਮਤ ਤੇ ਵੰਡ ਦੇਵੇਗੀ ਤੁਸੀਂ ਭਾਵੇਂ ਭਾਜਪਾ ਤੇ ਇਸ ਦੀ ਛੋਟੀ ਦੀ ਲੀਡਰਸ਼ਿਪ ਨਾਲ ਰਲ ਕੇ ਜੋ ਮਰਜ਼ੀ ਸਾਜ਼ਿਸ਼ਾਂ ਪੰਜਾਬ ਖਿਲਾਫ ਰਚੋ ਅਸੀਂ ਕਿਸੇ ਵੀ ਕੀਮਤ ਤੇ ਐਸ.ਵੀ.ਐਲ ਨਹਿਰ ਨਹੀਂ ਵੰਡ ਦੇਵਾਂਗੇ ਪੰਜਾਬ 'ਚ ਪਾਣੀ ਹੈ ਨਹੀਂ ਜੇ ਮੁੱਖ ਮੰਤਰੀ ਜਾ ਕੇ ਆਪਦੀ ਦਲੀਲ ਕਮਜ਼ੋਰੀ ਨਾਲ ਰੱਖੂਗਾ ਜਾਂ ਆਪਦੀ ਸਹੀ ਦਲੀਲ ਨਹੀਂ ਰੱਖੂਗਾ ਸੁਪਰੀਮ ਕੋਰਟ ਨੂੰ ਮਿਸ ਗਾਈਡ ਕਰਨਗੇ ਤੇ ਸਪਸ਼ਟੀ ਹੈ ਕਿ ਮੁੱਖ ਮੰਤਰੀ ਸਾਹਿਬ ਫਿਰ ਹਰਿਆਣੇ ਦੇ ਨਾਲ ਖਲੋਤੇ ਇਸ ਮੁੱਦੇ ਤੇ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਪੰਜਾਬ ਪਾਣੀ ਨਹੀਂ ਦੇਊਗਾ ਔਰ ਮੈਂ ਕੇਂਦਰ ਦੀ ਵੀ ਸਰਕਾਰ ਨੂੰ ਇਹ ਅੱਜ ਅਪੀਲ ਵੀ ਕਰਦਾ ਕਿ ਦੇਖੋ ਪਾਣੀ ਦੀ ਇਹ ਹਾਲਾਤ ਨਾ ਪੈਦਾ ਕਰਿਓ ਕਿ ਇੱਥੋਂ ਲਾਸ਼ਾਂ ਜਾਣ ਬਹੁਤ ਖਤਰਨਾਕ ਹਾਲਾਤ ਪਹਿਲਾਂ ਵੀ ਪੈਦਾ ਹੋਏ ਆ ਇਹ ਬੜਾ ਸੀਰੀਅਸ ਇਸ਼ੂ ਹੈ ਔਰ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੇ ਪੰਜਾਬ ਦੀ ਸਾਰੀ ਇਕਨੋਮੀ ਖੇਤੀ ਤੇ ਨਿਰਭਰ ਹੈ ਜਿਹੜਾ ਪੰਜਾਬ ਦੀ ਇਕਨੋਮੀ ਨਾਲ ਖਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਸ਼੍ਰੋਮਣੀ ਅਕਾਲੀ ਦਲ ਉਹਦੇ ਖਿਲਾਫ ਹੀ ਖੜੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਲੋਕ ਜੀ ਅਕਾਲੀ ਦਲ ਦੇ ਬੁਲਾਰੇ ਵਰਸਾ ਸਿੰਘ ਬਲਟੋਹਾ ਵੀ ਬੋਲੇ ਨੇ ਕਹਿੰਦੇ ਜਦੋਂ ਜ਼ਮੀਨ ਹੀ 2016 ਦੇ ਵਿੱਚ ਜ਼ਮੀਨ ਮਾਲਕਾਂ ਨੂੰ ਵਾਪਸ ਕਰ ਦਿੱਤੀ ਗਈ ਹੈ ਜਿਨ੍ਹਾਂ ਤੋਂ ਨਹਿਰ ਬਣਾਉਣ ਦੇ ਲਈ ਲਈ ਗਈ ਸੀ ਤਾਂ ਉਹ ਵਾਪਸ ਕਿਵੇਂ ਲਈ ਜਾ ਸਕਦੀ ਹੈ ਤੇ ਉਹ ਦੇਣਗੇ ਵੀ ਕਿਵੇਂ ਸਰਕਾਰੀ ਰਿਕਾਰਡ ਦੇ ਵਿੱਚ ਜ਼ਮੀਨ ਲੋਕਾਂ ਦੇ ਨਾਮ ਚੜ ਚੁੱਕੀ ਹੈ ਕਹਿੰਦੇ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਤੇ ਤਾਂ ਫੈਸਲਾ ਸੁਪਰੀਮ ਕੋਰਟ ਇਹਨਾਂ ਸਾਲਾਂ ਦੇ ਵਿੱਚ ਨਹੀਂ ਕਰ ਸਕੀ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੇ ਅਦਾਲਤਾਂ ਦੇ ਪ੍ਰਤੀ ਕਹਿੰਦੇ ਸਾਡਾ ਪੂਰਾ ਸਦਕਾਰ ਹੈ ਪਰ ਸਿੱਖਾਂ ਦੇ ਮਸਲੇ ਬਾਰੇ ਵੀ ਸੋਚਣਾ ਚਾਹੀਦਾ ਹੈ ਸＹＬ ਦਾ ਅਸਲ ਦੇ ਵਿੱਚ ਰੌਲਾ ਕੀ ਹੈ ਪੰਗਾ ਕਿਹੜੀ ਗੱਲ ਦਾ ਹੈ ਕਿ ਇਹਦਾ ਇਤਿਹਾਸ ਹੈ ਇਹ ਅਸੀਂ ਤੁਹਾਨੂੰ ਥੋੜੇ ਜੇ ਸ਼ਬਦਾਂ ਵਿੱਚ ਸਮਝਾ ਦਿੰਨੇ ਆ ਐਸＹＬ ਦਾ ਮਤਲਬ ਹੈ ਸਤਲੁਜ ਯਮਨਾ ਲਿੰਕ ਨਹਿਰ 1981 ਦੇ ਵਿੱਚ ਦੋਹਾਂ ਸੂਬਿਆਂ ਦੇ ਵਿਚਾਲੇ ਪੰਜਾਬ ਹਰਿਆਣਾ ਵਿਚਾਲੇ ਸਮਝੌਤਾ ਹੋਇਆ ਸੀ 96 ਦੇ ਵਿੱਚ ਹਰਿਆਣਾ ਸੁਪਰੀਮ ਕੋਰਟ ਚਲਾ ਗਿਆ 2002 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ ਆ ਗਿਆ ਤਤਕਾਲੀ ਕੈਪਟਨ ਤਤਕਾਲੀ ਜਿਹੜੇ ਸੀਐਮ ਕੈਪਟਨ ਮੋਰਿੰਦਰ ਸਿੰਘ ਉਹਨਾਂ ਨੇ ਰਾਤ ਤੋਂ ਰਾਤ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਪਾਸ ਕਰ ਦਿੱਤਾ ਪਾਣੀ ਦੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਇਸ ਐਕਟ ਨੂੰ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਤੇ ਇਸ ਐਕਟ ਦੇ ਬਣੇ 6-7 ਮਹੀਨੇ ਬਾਅਦ ਹਰਿਆਣਾ ਦੀ ਚੋਣ ਸੀ ਤਾਂ ਕਾਂਗਰਸ ਸਰਕਾਰ ਨੇ ਪੰਜਾਬ ਸਰਕਾਰ ਦਾ ਐਕਟ ਰਾਸ਼ਟਰਪਤੀ ਦੇ ਕੋਲ ਸਲਾਹ ਦੇ ਲਈ ਭੇਜ ਦਿੱਤਾ ਰਾਸ਼ਟਰਪਤੀ ਨੇ ਸਲਾਹ ਲੈਣ ਲਈ ਸੁਪਰੀਮ ਕੋਰਟ ਕੋਲ ਭੇਜ ਦਿੱਤਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਉਂਦੇ-ਆਉਂਦੇ 12 ਸਾਲ ਲ ਨੇ 2016 ਦੇ ਵਿੱਚ ਸੁਪਰੀਮ ਕੋਰਟ ਨੇ ਦੋਵੇਂ ਸੂਬਿਆਂ ਨੂੰ ਆਪਸ ਵਿੱਚ ਬੈ ਕੇ ਗੱਲ ਕਰਨ ਨੂੰ ਕਿਹਾ ਉਸ ਤੋਂ ਬਾਅਦ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਹੋਈਆਂ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਕੇਂਦਰ ਦੇ ਕਹਿਣ ਤੇ ਜਦੋਂ ਅਕਤੂਬਰ 2022 ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਭਗਵੰਤ ਮਾਨ ਤੇ ਮਨੋਰ ਲਾਲ ਖੱਟਰ ਦੇ ਵਿਚਾਲੇ ਮੀਟਿੰਗ ਹੋਈ ਸੀ ਤਾਂ ਉਦੋਂ ਪੰਜਾਬ ਦੇ ਸੀਐਮ ਮਾਨ ਨੇ ਕਿਹਾ ਸੀ ਕਿ ਯਮਨਾ ਦੇ ਵਿੱਚ ਵੀ ਤਾਂ ਪੰਜਾਬ ਦਾ ਹਿੱਸਾ ਸੀ 1966 ਚ ਪੰਜਾਬ ਬਣਿਆ ਹਰਿਆਣਾ ਦੇ ਦਾ ਯਮਨਾ ਦੇ ਵਿੱਚ ਹਿੱਸਾ ਰਹਿ ਗਿਆ ਤੇ ਸਾਡਾ ਜ਼ੀਰੋ ਹੋ ਗਿਆ ਜਦੋਂ ਜਮਨਾ ਦੇ ਵਿੱਚ ਸਾਡਾ ਹਿੱਸਾ ਨਹੀਂ ਤਾਂ ਫਿਰ ਬਿਆਸ ਤੇ ਸਤਲੁਜ ਦਾ ਪਾਣੀ ਅਸੀਂ ਕਿਉਂ ਦੇਈਏ ਤੇ ਕਿੱਥੋਂ ਦੇਈਏ ਸਾਡੇ ਕੋਲ ਤਾਂ ਪਾਣੀ ਹੈ ਹੀ ਨਹੀਂ ਹਰਿਆਣਾ ਕੋਲ ਪਹਿਲਾਂ ਹੀ ਸਾਡੇ ਨਾਲੋਂ ਵੱਧ ਪਾਣੀ ਹੈ ਮਾਨ ਨੇ ਤੰਜਕਸਤੇ ਹੋਏ ਕਿਹਾ ਸੀ ਕਿ ਜਦੋਂ ਡੈਮ ਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਜਾਂਦਾ ਹੈ ਤਾਂ ਦੋਵੇਂ ਸਰਕਾਰਾਂ ਚਾਹੇ ਉਹ ਰਾਜਸਥਾਨ ਹੈ ਚਾਹੇ ਹਰਿਆਣਾ ਤਾਂ ਧੰਨਵਾਦ ਕਰਨ ਲੱਗ ਜਾਂਦੀਆਂ ਨੇ ਕਿ ਸਾਡੇ ਕੋਲ ਤਾਂ ਜੀ ਬਹੁਤ ਪਾਣੀ ਹੈ ਸਾਡੇ ਵੱਲ ਪਾਣੀ ਨਾ ਛੱਡਿਓ ਆ ਹੁਣ ਹੜਾ ਆਏ ਸੀਗੇ ਇਸ ਦੀ ਮਿਸਾਲ ਮਿਲ ਗਈ ਹੈ ਮਤਲਬ ਕਹਿੰਦੇ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਹਾਂ ਪੰਜਾਬ ਡੁੱਬਣ ਵਾਸਤੇ ਰੱਖਿਆ ਹੋਇਆ ਹੈ ਕਿ ਜਦੋਂ ਡੁੱਬਣਾ ਇਸ ਪਾਣੀ ਦੇ ਨਾਲ ਉਹ ਤਾਂ ਪੰਜਾਬ ਡੁੱਬ ਜੇ ਤੇ ਜਦੋਂ ਹਾਲਾਤ ਠੀਕ ਨੇ ਉਦੋਂ ਪੰਜਾਬ ਸਾਨੂੰ ਪਾਣੀ ਦੇਈ ਜਾਵੇ ਪੰਜਾਬ ਦੇ ਵਿੱਚ ਮੌਜੂਦਾ ਹਰ ਦੌਰਾਨ ਵੀ ਮੁੱਖ ਮੰਤਰੀ ਨੇ ਇਹੀ ਬਿਆਨ ਦਿੱਤਾ ਸੀ ਕਿ ਡੁੱਬਣ ਦੇ ਲਈ ਸਿਰਫ ਪੰਜਾਬ ਹੀ ਕਿਉਂ ਹਰਿਆਣਾ ਤੇ ਰਾਜਸਥਾਨ ਹੁਣ ਪਾਣੀ ਲੈਣ ਤੋਂ ਕਿਉਂ ਇਨਕਾਰ ਕਰ ਰਹੇ ਨੇ ਹੁਣ ਵੀ ਖੜਾਂ ਦੇ ਵਿੱਚ ਕਈ ਵਾਰੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਹੁਣ ਪਾਣੀ ਲੈ ਲਓ ਵਾਧੂ ਹੈ ਸਾਡੇ ਕੋਲੇ ਨਾਰਥ ਜ਼ੋਨ ਦੀ ਮੀਟਿੰਗ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੁੱਦਾ ਕੇਂਦਰੀ ਕ੍ਰਮ ਮੰਤਰੀ ਅਮਿਤ ਸ਼ਾ ਕੋਲ ਰੱਖਿਆ ਸੀ ਰਹਿਣਾ ਸਰਕਾਰ ਕਹਿੰਦੀ ਸਾਨੂੰ ਪਾਣੀ ਦੇ ਦੋ ਹੁਣ ਅਸੀਂ ਕਹਿੰਦੇ ਰਹਿਣਾ ਸਰਕਾਰ ਨੂੰ ਲੈਣਾ ਪਾਣੀ ਹੁਣ ਕਹਿੰਦੇ ਨਾ ਨਾ ਜੀ ਸਾਨੂੰ ਨਾ ਦਿਓ ਜੀ ਮਤਲਬ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਆ ਯਾਰ ਮਤਲਬ ਹਿਮਾਚਲ ਕਹਿੰਦਾ ਸਾਨੂੰ ਪਾਣੀ ਦੇ ਦਿਓ ਪਰ ਉੱਤੋਂ ਛੱਡੀ ਜਾਂਦੇ ਆ ਹੁਣ ਰੱਖ ਲਓ ਪਾਣੀ ਆਵਦਾ ਜਿੱਥੇ ਹੈਗਾ ਤੁਹਾਡੇ ਕੋਲ ਇਹ ਕੋਈ ਗੱਲ ਹੈ ਕੱਲ ਨੂੰ ਤੁਸੀਂ ਲੜੋਗੇ ਮੈਨੂੰ 7.19% ਹਿੱਸਾ ਮੇਰਾ ਪਾਣੀ ਚ ਬਣਦਾ ਹੈ ਹਰਿਆਣਾ ਕਹੂਗਾ ਮੇਰਾ ਇੰਨਾ ਬਣਦਾ ਹੈ ਰਾਜਸਥਾਨ ਕਹੂਗਾ ਮੇਰਾ ਇੰਨਾ ਬਣਦਾ ਹੈ ਤਾਂ ਮਤਲਬ ਹਿੱਸਾ ਮੰਗਣ ਵੇਲੇ ਆ ਜਾਣਿਓ ਡੁੱਬਣ ਵੇਲੇ ਅਸੀਂ ਕੱਲੇ ਇਹ ਨਹੀਂ ਚੱਲੂਗਾ ਇਹ ਨੂੰ ਚਾਹੇ ਤੁਸੀਂ ਰਾਜਨੀਤਿਕ ਬਿਆਨ ਕਹਿ ਲੋ ਚਾਹੇ ਇੱਕ ਦਿਲ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਦਾ ਬਿਆਨ ਕਰੋ ਕਿ ਡੁੱਬਣ ਵੇਲੇ ਅਸੀਂ ਤੇ ਬਾਕੀ ਹੁਣ ਹੁਣ ਮੰਗੇ ਹਰਿਆਣਾ ਪਾਣੀ ਹੁਣ ਮੰਗੇ ਰਾਜਸਥਾਨ ਪਾਣੀ ਸਾ ਤੋਂ ਹੁਣ ਮੰਗੇ ਹਿਮਾਚਲ ਸਾ ਤੋਂ ਹਿੱਸਾ ਉਹ ਕਹਿੰਦੇ ਸਾਡੇ ਕੋਲ ਤਾਂ ਆਉਂਦਾ ਜੀ ਫਿਰ ਰੋਕ ਰੋਕ ਲਓ ਵੀ ਜੇ ਰੋਕ ਸਕਦੇ ਹੋ ਉਂ ਵੈਸੇ ਅਸੀਂ ਪੈਸੇ ਲਵਾਵਾਂਗੇ ਜਿਹੜਾ ਪਾਣੀ ਆਉਂਦਾ ਉਹਦੇ ਸੈਸ ਲਾਵਾਂਗੇ ਤੇ ਜਿਹੜਾ ਇੰ ਆਉਂਦਾ ਉਹ ਠੋਡਾ ਜੀ ਮਰੋ ਖਾਪੋ ਕੋਈ ਗੱਲ ਨਹੀਂ ਪੰਜਾਬ ਜਿਹੜਾ ਉਹ ਪੰਜਾਬ ਜਿਹੜਾ ਬਾਈ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ ਪੂਰੇ ਲੋਕਾਂ ਨੂੰ ਪੇਟ ਭਰਨ ਵਾਲਾ ਪੰਜਾਬ ਹੈ ਸੀਐਮ ਅਨ ਨੇ ਕਿਹਾ ਸੀ ਕਿ ਪਾਣੀਆਂ ਦੇ ਜਿੰਨੇ ਵੀ ਸਮਝੌਤੇ ਹੁੰਦੇ ਨੇ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਵਿੱਚ ਇੱਕ ਕਲੌਜ਼ ਹੁੰਦਾ ਹੈ ਕਿ 25 ਸਾਲ ਬਾਅਦ ਅਸੀਂ ਇਸ ਦਾ ਰਿਵਿਊ ਕਰਾਂਗੇ ਸਮਝੌਤੇ ਦਾ ਪਰ 181 ਵਾਲੇ ਐਸਵਾਈਐਲ ਸਮਝੌਤੇ ਵਿੱਚ ਕੋਈ 25 ਸਾਲ 25 ਸਾਲ ਵਾਲਾ ਕਲੌਜ਼ ਨਹੀਂ ਪਾਇਆ ਗਿਆ ਯਾਨੀ ਕਿ 41 ਸਾਲ ਵਾਲੇ ਸਮਝੌਤੇ ਤੇ ਅਮਲ ਕਰਨ ਦੇ ਲਈ ਸਾਨੂੰ ਦਬਾਅ ਪਾਇਆ ਜਾ ਰਿਹਾ ਹੈ ਉਸ ਵੇਲੇ ਦੇ ਸਮਝੌਤੇ ਨੂੰ ਅਸੀਂ ਹੁਣ ਕਿਵੇਂ ਲਾਗੂ ਕਰ ਸਕਦੇ ਹਾਂ ਪੰਜਾਬ ਸਿਰਫ 27% ਦੀਆਂ ਨਦੀਆਂ ਤੇ ਨਹਿਰਾਂ ਦਾ ਪਾਣੀ ਇਸਤੇਮਾਲ ਕਰ ਰਿਹਾ ਹੈ 73% ਪਾਣੀ ਤਾਂ ਕਹਿੰਦੇ ਧਰਤੀ ਠੋ ਕੱਢ ਰਿਹਾ ਸਾਡੀਆਂ ਨਦੀਆਂ ਨਹਿਰਾਂ ਤਾਂ ਬੰਦ ਹੋ ਗਈਆਂ ਨੇ ਅਸੀਂ ਦੂਜਿਆਂ ਨੂੰ ਪਾਣੀ ਦੇਈਏ ਤਾਂ ਕਿੱਥੋਂ ਦੇਈਏ ਸ਼੍ਰੀ ਕਾਲ ਤੱਕ ਸਬਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਅਤੇ ਹੋਰ ਸਿੱਖ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ਤੇ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਨੇ ਕਿਹਾ ਕਿ ਡਿਬਰੂਗੜ ਜੇਲ੍ਹ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਤੇ ਸਾਥੀਆਂ ਦੇ ਵੱਲੋਂ ਸਰਕਾਰਾਂ ਦੇ ਵਤੀਰੇ ਤੋਂ ਦੁਖੀ ਹੋ ਕੇ ਆਪਣੇ ਹੱਕਾਂ ਦੇ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਜਿਹੜੀ ਹੈਗੀ ਹੈ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਬੇहद ਦੁਖਦਾਈ ਹੈ ਜਥੇਦਾਰ ਨੇ ਕਿਹਾ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਵਕੀਲ ਨੂੰ ਮੁਲਾਕਾਤ ਦੀ ਲੋੜਿੰਦੀ ਇਜਾਜ਼ਤ ਨਾ ਦੇਣਾ ਠੀਕ ਨਹੀਂ ਹੈ ਜਥੇਦਾਨ ਨੇ ਐਸਪੀਸੀ ਨੂੰ ਇਹ ਮਸਲਾ ਤੁਰੰਤ ਮੁੱਖ ਮੰਤਰੀ ਪੰਜਾਬ ਕੋਲ ਚੁਕਣ ਦਾ ਹੁਕਮ ਦਿੱਤਾ ਹੈ ਤਾਂ ਜੋ ਸਰਕਾਰ ਡੀਸੀ ਅਮਰਿਤਸਰ ਨੂੰ ਲੋੜਿੰਦੀਆਂ ਹਦਾਇਤਾਂ ਦੇਵੇ ਉਦ ਰੈਜੀਪੀਸੀ ਨੇ ਵੀ ਇਸ ਮਾਮਲੇ ਨੂੰ ਮਨੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ ਜੀਬੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ਼੍ਰਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਕਾਨੂੰਨੀ ਸਹਿਯੋਗ ਦੇ ਰਹੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਲੋੜਿੰਦੀ ਕਾਰਵਾਈ ਲਈ ਕਹਿ ਦਿੱਤਾ ਗਿਆ ਜੋ ਅੰਮ੍ਰਿਤਸਰ ਦੇ ਡੀਸੀ ਨੂੰ ਛੇਤੀ ਮਿਲਣਗੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀਆਂ ਨੇ ਇਸ ਸਮੇਂ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਦੂਜੀ ਵਾਰੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤੇ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਪਤੀ ਦੀ ਹਮਾਇਤ ਵਿੱਚ ਜੇਲ੍ਹ ਦੇ ਕੋਲ ਭੁੱਖ ਹੜਤਾਲ ਕਰ ਰ ਇਪੋ ਖਟਾਲ ਉਹਨਾਂ ਦੇ ਵੱਲੋਂ ਚੁਣੇ ਹੋਏ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਨਾ ਦੇਣ ਦੇ ਵਿਰੋਧ ਵਿੱਚ ਕੀਤੀ ਗਈ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀ ਅਮਿਤ ਤਲਵਾੜ ਨੇ ਕਿਹਾ ਕਿਉਂਕਿ ਸਾਰਾ ਇਲਜ਼ਾਮ ਡੀਸੀ ਤੇ ਲੱਗ ਰਿਹਾ ਹੈ ਡੀਸੀ ਨੇ ਹੀ ਮੁਲਾਕਾਤਾਂ ਦਾ ਪ੍ਰਬੰਧ ਕਰਵਾਉਣਾ ਹੁੰਦਾ ਹੈ ਅੰਮ੍ਰਿਤਸਰ ਦੇ ਡੀਸੀ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਹੈ ਕਹਿੰਦੇ ਕੈਦੀਆਂ ਨੂੰ ਉਹਨਾਂ ਦੀ ਇੱਛਾ ਦੇ ਵਕੀਲ ਨੂੰ ਮਿਲਣ ਦੀ ਪੂਰੀ ਇਜਾਜ਼ਤ ਹੈ ਅਮਰਿਤਪਾਲ ਸਿੰਘ ਪਹਿਲਾ ਐਡਵੋਕੇਟ ਨਵਕਰਨ ਸਿੰਘ ਨੂੰ ਮਿਲ ਚੁੱਕੇ ਨੇ ਤੇ ਨਵੇਂ ਵਕੀਲ ਨੂੰ ਮਿਲਣ ਵਾਲਾ ਸਾਰਾ ਮਾਮਲਾ ਗਰੇਸ ਖਤਰ ਨੂੰ ਭੇਜ ਦਿੱਤਾ ਗਿਆ ਹੈ ਉਧਰ ਅਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਵੀ ਸਿੱਖ ਪੰਥ ਨੂੰ ਇਸ ਮਸਲੇ ਦੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਭਾਈ ਸਾਹਿਬ ਹੁਣ ਕਈ ਦਿਨ ਤੋਂ ਭੁਖ ਹੜਤਾਲ ਤੇ ਬੈਠੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੇ ਵਕੀਲ ਗਏ ਸੀ ਰਾਜਦੇਵ ਖਾਲਸਾ ਵੀ ਉਹਨਾਂ ਨੂੰ ਵੀ ਉੱਥੇ 2 ਦਿਨ ਖੱਜਲ ਖਰਾਬ ਹੋਣਾ ਪਿਆ ਤੇ ਮਿਲਣ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਜੇ ਵਕੀਲਾਂ ਨੂੰ ਮਿਲਣਾ ਦੇਣਗੇ ਤੇ ਕੇਸ ਦੀ ਪੈਰਵਾਈ ਕਿੱਦਾਂ ਹੋਊਗੀ ਬਾਕੀ ਅਹੀਂ ਵੀ ਗਏ ਸੀ ਤੇ ਸਾਨੂੰ ਵੀ ਕਈ ਪਰਿਵਾਰਾਂ ਨੂੰ ਵੀ ਮਿਲਣ ਨਹੀਂ ਦਿੱਤਾ ਮੇਰੀ ਪੋਤੀ ਸੀ 7 ਸਾਲ ਦੀ ਗਈ ਉਹਨੂੰ ਵੀ ਨਹੀਂ ਇਹਨਾਂ ਨੇ ਮਿਲਣ ਦਿੱਤਾ ਤੇ ਜਿਹੜਾ ਅਮਰਸਰ ਵਾਲਾ ਡੀਸੀ ਆ ਬਹੁਤ ਜ਼ਿਆਦਾ ਵਧੀ ਕੀ ਕਰਨ ਲਿਆ ਵਾ ਕਿਉਂਕਿ ਉਹ ਕੋਈ ਸੁਣਵਾਈ ਨਹੀਂ ਕਰਦਾ ਬਾਕੀ ਇਹ ਵਾ ਕਿ ਸਾਰੀ ਸੰਗਤ ਨੂੰ ਅਪੀਲ ਆ ਵੀ ਆਪਾਂ ਇਕੱਠੇ ਹੋਈਏ ਛੇ-7 ਮਹੀਨੇ ਉਹਨਾਂ ਨੂੰ ਅੰਦਰ ਹੋ ਗਿਆ ਅਜੇ ਤੱਕ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਕੋਈ ਪੀਐਸ ਨਹੀਂ ਲੱਗਾ ਤੇ ਸਾਰੀ ਸੰਗਤ ਨੂੰ ਅਪੀਲ ਆ ਵੀ ਆਪਾਂ ਇਕੱਠੇ ਹੋ ਕੇ ਡੀਸੀ ਨੂੰ ਮਿਲੀਏ ਕਿ ਇਹ ਕੀ ਹੱਲ ਕਾਇਦਾ ਕਿਹੜਾ ਹੱਲ ਨਿਕਲਦਾ ਵਾ ਤੇ ਕਿਉਂਕਿ ਉਹਨਾਂ ਨੂੰ ਬੜਾ ਦਿਮਾਗੀ ਤੌਰ ਤੇ ਤੇ ਮਾਨਸਿਕ ਤੌਰ ਤੇ ਇਹਨਾਂ ਨੂੰ ਜਿਹੜਾ ਟੌਰਚਰ ਕੀਤਾ ਜਾ ਰਿਹਾ ਭਾਈ ਸਭ ਉਹਨਾਂ ਨੂੰ ਤੇ ਉਹ ਉੱਥੇ ਪਰੇਸ਼ਾਨ ਹੋ ਪਹਿਲੀ ਗੱਲ ਤੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਚੱਲਿਆਂ ਦਾ ਜਾਵੇ ਤੇ ਜੇ ਨਹੀਂ ਤੇ ਜੋ ਵੀ ਪੈਰਵਾਈ ਬਣਦੀ ਹੈ ਕੀਤੀ ਜਾਵੇ ਤੇ ਹਾਂ ਅਸੀਂ ਇਕੱਠੇ ਹੋ ਸਾਰੇ ਪਰਿਵਾਰਾਂ ਨੂੰ ਬੇਨਤੀ ਜਿੰਨੇ ਵੀ ਸਿੰਘ ਅੰਦਰ ਵਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਕੈਦੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੁਕਣ ਨੂੰ ਮੰਨਪਾਗਾ ਦੱਸਿਆ ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਦੇ ਮੌਲਿਕ ਹੱਕਾਂ ਨੂੰ ਸੁਰੱਖਿਅਤ ਰੱਖਿਆ ਗਿਆ ਜਦੋਂ ਤੱਕ ਕਿਸੇ ਵੀ ਵਿਅਕਤੀ ਤੇ ਅਦਾਲਤ ਵਿੱਚ ਦੋਸ਼ ਸਾਬਿਤ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਵਿਅਕਤੀ ਨੂੰ ਨ ਸਕਦਾ ਨਹੀਂ ਉਸਨੂੰ ਦੋਸ਼ੀ ਸਮਝਿਆ ਜਾਣਾ ਚਾਹੀਦਾ ਇਸੇ ਤਰ੍ਹਾਂ ਹੀ ਸਾਡੇ ਸੰਵਿਧਾਨ ਦੇ ਆਰਟੀਕਲ 22 ਰਾਹੀਂ ਕਿਸੇ ਵੀ ਬੰਦੀ ਨੂੰ ਆਪਣੇ ਵਕੀਲ ਨੂੰ ਮਿਲਣ ਤੇ ਸਲਾਮ-ਮਸ਼ਵਰਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਧੱਕੇਸ਼ਾਹੀ ਵੱਲ ਗੌਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੇ ਵਿੱਚ ਯਾਨਕੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਤਬਦੀਲ ਕਰਨ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਆਪਣੇ ਵਕੀਲਾਂ ਦੇ ਨਾਲ ਮਿਲਣ ਦੀ ਪੂਰੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਕੇਸਾਂ ਦੀ ਸਹੀ ਪੈਰਵਾਈ ਕਰਵਾ ਸਕਣ ਕੈਨੇਡਾ ਦੇ ਸਰੀ ਦੇ ਵਿੱਚ ਜੂਨ ਮਹੀਨੇ ਚ ਖਤਮ ਕੀਤੇ ਗਏ ਭਾਈ ਹਰਦੀਪ ਸਿੰਘ ਨਿਜਰ ਮਾਮਲੇ ਤੇ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹائش ਵਾਈਟ ਹਾਊਸ ਤੋਂ ਬਿਆਨ ਸਾਹਮਣੇ ਆਇਆ ਹੈ ਵਾਈਟ ਹਾਊਸ ਨੇ ਕਿਹਾ ਕਿ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਜਿਹੜੇ ਦੋਸ਼ ਲਾਏ ਗਏ ਨੇ ਉਹ ਗੰਭੀਰ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ ਜਾਨਕਿ ਅਮਰੀਕਾ ਨੇ ਕੈਨੇਡਾ ਦੇ ਹੱਕ ਵਿੱਚ ਆਪਣੇ ਉਸੇ ਬਿਆਨ ਨੂੰ ਫੇਰ ਦੁਹਰਾਇਆ ਹੈ ਵਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਦੇ ਰਣਨੀਤਿਕ ਸੰਚਾਰ ਦੇ ਕੋਆਰਡੀਨੇਟਰ ਜான் ਕਿਰਬੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਦਾਅਵਿਆਂ ਤੇ ਉਦੋਂ ਚਰਚਾ ਕੀਤੀ ਗਈ ਸੀ ਜਦੋਂ ਵਿ ਅਤੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੋਲਿਵਾਨ ਨੇ ਪਿਛਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਮੁਲਾਕਾਤ ਕੀਤੀ ਸੀ ਅਮਰੀਕਾ ਇਸ ਮਾਮਲੇ ਨੂੰ ਦੋਵਾਂ ਮੁਲਕਾਂ ਤੇ ਛੱਡਦਾ ਹੈ ਕਿ ਉਹ ਇਸ ਬਾਰੇ ਗੱਲ ਕਰਨ ਉਹਨਾਂ ਕਿਹਾ ਕਿ ਅਸੀਂ ਕਈ ਵਾਰੀ ਸਪਸ਼ਟ ਕਰ ਚੁੱਕੇ ਹਾਂ ਕਿ ਦੋਸ਼ ਬਹੁਤ ਗੰਭੀਰ ਨੇ ਇਹਨਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ ਸਪਸ਼ਟ ਤੌਰ ਤੇ ਜਿਵੇਂ ਅਸੀਂ ਪਹਿਲਾਂ ਕਿਹਾ ਭਾਰਤ ਨੂੰ ਇਸ ਜਾਂਚ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹਾਂ ਇਸ ਤੋਂ ਪਹਿਲਾਂ ਵਿਦੇਸ਼ ਵਿਭਾਗ ਦੇ ਉਪ ਮੁਖਲਾਰੇ ਵਿਦਾੰਤ ਪਟੇਲ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕਾਫੀ ਮਹੱਤਵਪੂਰਨ ਹੈ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਦੋਸ਼ੀਆਂ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ already i would say in, in the number of, of times that has come up uh, before the press in, in the past week or so i would just reiterate again we are and continue to be deeply uh, concerned about the uh, allegations referenced by prime minister trudeau and we remain in regular contact with our canadian partners and it's critical that canada's investigation proceed and uh, the perpetrators be brought to justice we also have um, as we've previously said, uh, publicly and privately urged the Indian government to cooperate uh, in the Canadian investigation and uh, uh, cooperate uh, in those efforts. ਹਰਦੀਪ ਸਿੰਘ ਨਿੱਜਰ ਨੂੰ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਖਤਮ ਕਰ ਦਿੱਤਾ ਗਿਆ ਸੀ ਤੇ ਭਾਰਤ ਨੇ 2020 ਦੇ ਵਿੱਚ ਨਿੱਜਰ ਨੂੰ دہشتਗਰਦ ਘਰਾਰ ਦਿੱਤਾ ਸੀ ਪੰਜਾਬ ਦੇ ਐਡਵੋਕੇਟ ਜਰਨਲ ਜਾਨਕੀ ਪੰਜਾਬ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ ਵਕੀਲ ਹੁੰਦਾ ਉਸ ਨੂੰ ਏਜੀ ਕਿਹਾ ਜਾਂਦਾ ਐਡਵੋਕੇਟ ਜਰਨਲ ਕਿਹਾ ਜਾਂਦਾ ਇਸ ਵਕਤ ਵਿਨੋਦ ਕਈ ਨੇ ਇਹਨਾਂ ਦੇ ਅਸਤੀਫੇ ਦੀ ਕਾਫੀ ਚਰਚਾ ਚੱਲ ਰਹੀ ਹੈ ਵੱਖ-ਵੱਖ মিডিਆ ਅਦਾਰਿਆਂ ਦੀ ਖਬਰ ਦੇ ਮੁਤਾਬਿਕ ਇਹ ਵਿਸ਼ਾ মিডিਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਅਸੀਂ ਇਸ ਅਸਤੀਫੇ ਦੀ ਪੁਸ਼ਟੀ ਨਹੀਂ ਕਰਦੇ ਕੁਝ ਦਿਨ ਪਹਿਲਾਂ ਵੀ ਇਹ ਖਬਰ ਚੱਲੀ ਸੀ ਕਿ ਵਿਨੋਦ ਕਈ ਅਸਤੀਫਾ ਦੇ ਸਕਦੇ ਨੇ ਇਹ ਵੀ ਚਰਚਾ ਚੱਲਦੀ ਹੈ ਉਦੋਂ ਤੋਂ ਹੀ ਜਦੋਂ ਪੰਚਾਇਤਾਂ ਵਾਲਾ ਫੈਸਲਾ ਹੋਇਆ ਸੀ ਐਲਾਨ ਹੋਇਆ ਸੀ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਤੇ ਸਰਕਾਰ ਦੀ ਜਿਹੜੀ ਨਿਮੋਸ਼ੀ ਹੋਈ ਹੈ ਉਹਦੇ ਕਾਰਨ ਸਰਕਾਰ ਵਿਨੋਦ ਕਈ ਤੋਂ ਨਾਰਾਜ਼ ਹੈ ਇਸ ਕਰਕੇ ਉਹ ਅਸਤੀਫਾ ਦੇ ਸਕਦੇ ਨੇ ਅਸਤੀਫਾ ਦੇਣਗੇ ਜਾਂ ਨਹੀਂ ਇਹ ਤਾਂ ਹਲੇ ਦੇਖਣ ਵਾਲੀ ਗੱਲ ਹੈ ਹੇਗੀ ਪਰ ਵਿਰੋਧੀਆਂ ਨੇ ਜ਼ਰੂਰ ਮਾਨ ਸਰਕਾਰ ਨੂੰ ਕੇਨਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਏਜੀ ਵਿਨੋਦ ਕਈ ਦੀ ਛੁੱਟੀ ਤੈ ਹੈ 1.5 ਸਾਲ ਦੇ ਵਿੱਚ ਤੀਜਾ ਏਜੀ ਲੱਗੂਗਾ ਏਜੀ ਭਾਵੇਂ ਜਿੰਨਾ ਮਰਜ਼ੀ ਕਾਬਿਲ ਹੋਵੇ ਪਰ ਜਦੋਂ ਸੁਭੇ ਦਾ ਮੁੱਖ ਮੰਤਰੀ ਮਾਨ ਹੀ ਕਾਬਿਲ ਨਹੀਂ ਹੈ ਤਾਂ ਕੇਸ ਤਾਂ ਕੀ ਪੰਜਾਬ ਤਾਂ ਪਹਿਲਾ ਹੀ ਆਈਸੀ ਜੀ ਦੇ ਵਿੱਚ ਹੈ ਏਜੀ ਵਿਚਾਰਾ ਕੀ ਕਰੂ ਕੇਸ ਹੀ ਹਾਰੂਗਾ ਸੂਬੇ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ 1 ਸਾਲ 7 ਮਹੀਨੇ ਹੋ ਚੱਲੇ ਨੇ ਪੰਜਾਬ ਦੇ ਵਿੱਚ ਤੀਜਾ ਐਡਵੋਕੇਟ ਜਨਰਲ ਹੈ ਜਿਹੜਾ ਉਹ ਲੱਗਣ ਜਾ ਰਿਹਾ ਹੈ ਜੇ ਖਬਰ ਸੱਚ ਹੈ ਵਿਨੋਦ ਕਈ ਤੋਂ ਪਹਿਲਾਂ ਅਨਮੋਲ ਰਤਨ ਸਿੰਘ ਸਿੱਧੂ ਨੂੰ ਵੀ ਏਜੀ ਲਾਇਆ ਗਿਆ ਸੀ ਤੇ ਅਨਮੋਲ ਰਤਨ ਸਿੰਘ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਵਿਨੋਦ ਕਈ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਹੁਣ ਤੀਜਾ ਚਿਹਰਾ ਕਿਹੜਾ ਹੋਊਗਾ ਇਸ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੈ ਚਰਚਾ ਬਹੁਤ ਨਾਵਾਂ ਦੀ ਚੱਲ ਰਹੀ ਹੈ ਪੰਜਾਬ ਦੇ ਦੋ ਵੱਡੇ ਲੀਡਰਾਂ ਦੇ ਨਾਲ ਜੁੜੀਆਂ ਦੋ ਵੱਡੀਆਂ ਜਾਣਕਾਰੀਆਂ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਭਰਤਿੰਦਰ ਸਿੰਘ ਚਾਹਲ ਦੋ ਉਹ ਨਾਮ ਨੇ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਹਾਲਾਂਕਿ ਮਨਪ੍ਰੀਤ ਬਾਦਲ ਨੇ ਜਿਹੜੇ ਉਹ ਹੁਣ ਭਾਜਪਾ ਦੇ ਲੀਡਰ ਨੇ ਪਰ ਉਹ ਕਾਂਗਰਸ ਸਰਕਾਰ ਦੇ ਵੇਲੇ ਖਜ਼ਾਨਾ ਮੰਤਰੀ ਰਹੇ ਨੇ ਉਸ ਤੋਂ ਪਹਿਲਾਂ ਕਾਲੇ ਸਰਕਾਰ ਵੇਲੇ ਵੀ ਖਜ਼ਾਨਾ ਮੰਤਰੀ ਰਹੇ ਸਨ ਮਨਪ੍ਰੀਤ ਸਿੰਘ ਬਾਦਲ ਅਤੇ ਭਰਤਿੰਦਰ ਸਿੰਘ ਚਾਹਲ ਦੇ ਵਿੱਚ ਸਮਾਨਾਂਤਰ ਗੱਲ ਇਹ ਹੈ ਕਿ ਦੋਵੇਂ ਨਈ ਵਿਜੀਲੈਂਸ ਨੂੰ ਲੱਭ ਰਹੇ ਤੇ ਵਿਜੀਲੈਂਸ ਦੋਵਾਂ ਨੂੰ ਪਗੋੜੇ ਐਲਾਨਨ ਦੀ ਕਰ ਰਹੀ ਹੈ ਅਤੇ ਅੱਜ ਅਦਾਲਤਾਂ ਦੇ ਵਿੱਚ ਦੋਵਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਅਤੇ ਇੱਕ ਨੂੰ ਮਿਲ ਗਈ ਹੈ ਦੂਸਰੇ ਦੀ ਰੱਦ ਹੋ ਗਈ ਹੈ ਮਨਪ੍ਰੀਤ ਸਿੰਘ ਬਾਦਲ ਦੀ ਜ਼ਮਾਨਤ ਪਟੀਸ਼ਨ ਹੈ ਜਿਹੜੀ ਅਗਾਊਂ ਜ਼ਮਾਨਤ ਲਈ ਉਹਨਾਂ ਨੇ ਲਾਈ ਸੀ ਉਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਖਿਲਾਫ ਪਰਚਾ ਦਰਜ ਕੀਤਾ ਹੋਇਆ ਹੈ ਉਸ ਪਰਚੇ ਦੇ ਵਿੱਚ ਗ੍ਰਿਫਤਾਰੀ ਤੋਂ ਬਚਨ ਦੇ ਮਨਪ੍ਰੀਤ ਬਾਦਲ ਨੇ ਬਠਿੰਡਾ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਕਿ ਰੱਦ ਹੋ ਚੁੱਕੀ ਹੈ ਤੇ ਹੁਣ ਬਠਿੰਡਾ ਕੋਰਟ ਤੋਂ ਬਾਅਦ ਮਨਪ੍ਰੀਤ ਬਾਦਲ ਉਤਲੀ ਅਦਾਲਤ ਦੇ ਵਿੱਚ ਜਾ ਸਕਦੇ ਨੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੀਡੀਆ ਸਲਾਹ ਕਰ ਰਹੇ ਭਰਤਿੰਦਰ ਸਿੰਘ ਚਾਹਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਭਰਤਿੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਇਸ ਦੇ ਨਾਲ ਹੀ ਉਹਨਾਂ ਨੂੰ 12 ਅਕਤੂਬਰ ਤੱਕ ਜਾਇਦਾਦ ਸੰਬੰਧੀ ਵੇਰਵੇ ਸੌਂਪਣ ਦੇ ਕਿਹਾ ਗਿਆ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ਤੇ ਵਿਜੀਲੈਂਸ ਬਿਊਰੋ ਨੇ ਸੁਣਨ ਦੇ ਵਿੱਚ ਆਇਆ ਕਿ ਮਨਪ੍ਰਿਤ ਬਾਦਲ ਨੂੰ ਘੇਰਨ ਦੇ ਲਈ ਨਵੀਂ ਰਣਨੀਤੀ ਵੀ ਖੜੀ ਹੈ ਭਗੌੜਾ ਐਲਾਨਨ ਦੀ ਤਿਆਰੀ ਚੱਲ ਰਹੀ ਹੈ ਛੇਤੀ ਹੀ ਵਿਜੀਲੈਂਸ ਸੁਣਿਆ ਕਿ ਅਦਾਲਤ ਦਾ ਰੁਖ ਕਰਨ ਜਾ ਰਹੀ ਹੈ 3 ਅਕਤੂਬਰ ਨੂੰ ਦਿੱਲੀ ਦੇ ਵਿੱਚ ਨਿਊਜ਼ ਕਲਿੱਕ ਵੈੱਬਸਾਈਟ ਤੇ ਜਿਹੜੀ ਵੱਡੀ ਕਾਰਵਾਈ ਹੋਈ ਦਿੱਲੀ ਪੁਲਿਸ ਦੀ ਨਿਊਜ਼ ਕਲਿੱਕ ਵੈੱਬਸਾਈਟ ਦਾ ਜਿਹੜਾ ਦਫ਼ਤਰ ਹੈ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ ਬਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ 4 ਅਕਤੂਬਰ ਦੀ ਸਵੇਰ ਅੱਜ ਤੜਕੇ-ਤੜਕੇ ਤੇ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ న్యూਸ ਕਲਿੱਕ ਵੈੱਬਸਾਈਟ ਦੇ ਸੰਸਥਾਪਕ ਪਰਵੀਰ ਪੁਰਕਿਆਸਥਾ ਅਤੇ ਐਚਆਰ ਮੁਖੀ ਅਮਿਤ ਚੱਕਰਵਰਤੀ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋਵਾਂ ਦਾ ਹੀ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਇਨਾਤੇ ਵਿਦੇਸ਼ਾਂ ਤੋਂ ਫੰਡ ਲੈਣ ਦਾ ਦੋਸ਼ ਲਾਇਆ ਗਿਆ ਪੁਲਿਸ ਨੇ ਕੱਲ ਤੜਕੇ 30 ਤੋਂ ਵੱਧ ਥਾਵਾਂ ਤੇ ਛਾਪੇ ਮਾਰੇ ਸਨ ਪੱਤਰਕਾਰਾਂ ਤੇ ਕੀਤੀ ਕਾਰਵਾਈ ਦਾ ਚੰਡੀਗੜ੍ਹ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਹੈ ਵਿਦਿਆਰਥੀਆਂ ਦੇ ਵੱਲੋਂ ਵਿਦਿਆਰਥੀ ਜਥੇਬੰਦੀ ਪੀਐਸਯੂ ਲਲਕਾਰ ਤੇ ਨੌਜਵਾਨ ਭਾਰਤ ਸਭਾ ਦੇ ਵੱਲੋਂ ਸੈਕਟਰ 17 ਦੇ ਵਿੱਚ ਰੋਸ ਮੂਜਾਰਾ ਕੀਤਾ ਗਿਆ ਤੇ ਭਾਰਤ ਦੇ ਵਿੱਚ ਪੱਤਰਕਾਰਾਂ ਤੇ ਜੋ ਇਹ ਕਾਰਵਾਈ ਕੀਤੀ ਗਈ ਹੈ ਇਸ ਦੀ ਨਿਖੇਦੀ ਜਥੇ ਐਡੀਟਰਸ ਗਿਲਡ ਆਫ ਇੰਡੀਆ ਨੇ ਕੀਤੀ ਹੈ ਹੋਰ ਵੱਖ-ਵੱਖ ਜਥੇਬੰਦੀਆਂ ਨੇ ਕੀਤੀ ਹੈ ਉੱਥੇ ਹੀ ਕੌਮਾਂਤਰੀ ਦਰ ਤੇ ਵੀ ਹੁਣ ਇਹ ਮੁੱਦਾ ਚਰਚਾ ਦੇ ਵਿੱਚ ਆਉਣ ਲੱਗਿਆ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਵਿੱਚ ਪਹੁੰਚ ਵੀ ਗਿਆ ਹੈ ਪ੍ਰਿੰਸੀਪਲ ਡਿਪਟੀ ਬੁਲਾਰੇ ਵਿਦਾਂਤ ਪਟੇਲ ਪ੍ਰੈਸ ਕਾਨਫਰੰਸ ਕਰ ਰਹੇ ਸਨ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦਾਵਿਆਂ ਦੀ ਸੱਚਾਈ ਤੇ ਟਿੱਪਣੀ ਤਾਂ ਨਹੀਂ ਕਰ ਸਕਦੇ ਪਰ ਸਾਡੀ ਸਰਕਾਰ ਹੈ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਮੀਡੀਆ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ ਤੇ ਕਰਦੀ ਰਹੇਗੀ aware of those concerns and have seen that reporting about this outlets ties to the PRC um that we can Comment yet on the veracity of those claims um, separately of course though the the u s government strongly supports the robust role of the media globally, including social media in a, in a vibrant and free democracy, and we raise concerns on these matters um, with the indian government, with uh, countries around the world uh, through uh, our, our diplomatic engagements that are, of course, at the core of our bilateral relationship. and we have urged um, the indian government and have done so, uh, not just with india, but other countries as well, about the uh, importance of respecting uh, the human rights of journal journalists, including freedom of Of expression both online and offline um i don't have additional information Simon though about this particular circumstance or any of the underlying issues uh that may or may not be related uh to this outlet however is pure mamle de vich police ne dassya ke 46 janan to puch-kich kiti gi jinna de vich 37 purush ate 9 mahila patrakaran shamil san purushan to delhi police de special cell de daftar vich te aurtaan nu uh ohna de ghar e jaake aurtaan to ohna de gharo-karo jaake ਪੁਛ ਪੜਤਾਲ ਕੀਤੀ ਗਈ ਪੱਤਰਕਾਰ ਜਿਨ੍ਹਾਂ ਤੋਂ ਪੁਛ ਪੜਤਾਲ ਕੀਤੀ ਗਈ ਉਹਨਾਂ ਦੇ ਵਿੱਚ ਉਰਮਿਲੇਸ਼ ਉਹ ਨਿੰਦੋ ਚੱਕਰਵਰਤੀ ਅਭਿਸ਼ਾਰ ਸ਼ਰਮਾ ਪ੍ਰੰਜੇ ਗੁਹਾ ਅਤੇ ਇਤਿਹਾਸਕਾਰ ਸੁਹੇਲ ਹਾਸ਼ਮੀ ਵੀ ਸ਼ਾਮਲ ਨੇ ਕਰੀਬ 6 6 7 7 ਜਾਂ ਫਿਰ 8 8 ਘੰਟੇ ਦੀ ਪੁਛ ਪੜਤਾਲ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਜਾਣ ਦਿੱਤਾ ਗਿਆ ਸੀ ਆਪਣੇ ਘਰੋਂ ਕਰੀ ਬਹੁਤ ਜਿਹੜਾ ਸਮਾਨ ਹੈ ਇਲੈਕਟ੍ਰੋਨਿਕ ਯੰਤਰ ਨੇ ਉਹ ਵੀ ਇਹਨਾਂ ਦੇ ਜ਼ਬਤ ਕੀਤੇ ਗਏ ਨੇ ਕਈਆਂ ਦੇ ਲੈਪਟਾਪ ਲੈ ਲਏ ਗਏ ਨੇ ਕਈਆਂ ਦੇ ਮੋਬਾਈਲ ਅਤੇ ਦਫਤਰ ਤਾਂ ਪੂਰੇ ਦਾ ਪੂਰਾ ਸੀਲ ਕਰ ਦਿੱਤਾ ਗਿਆ ਉੱਥੋਂ ਵੀ ਕਾਫੀ ਸਮਾਨ ਸਬਤ ਕੀਤਾ ਗਿਆ ਸਾਡੇ ਮੁਲਕ ਦੀਆਂ ਸਰਹੱਦਾਂ ਤੇ ਪੰਜਾਬ ਦੇ ਇੱਕ ਹੋਰ ਫੌਜੀ ਜਵਾਨ ਨੇ ਆਪਣੀ ਸ਼ਹਾਦਤ ਦਿੱਤੀ ਹੈ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿੱਚ ਸ਼ਹੀਦ ਦੀ ਪਾ ਗਿਆ 25 ਸਾਲ ਦੀ ਉਮਰ ਸੀ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ 2 ਅਕਤੂਬਰ 2022 ਨੂੰ ਤੇ 3 ਅਕਤੂਬਰ ਬਰ 2023 ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਕਾਰਗਿਲ ਵਿੱਚ ਸ਼ਹੀਦ ਹੋਣ ਦੀ ਖਬਰ ਮਿਲੀ ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਇਸ ਸੌਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ পীੜਿਤ ਪਰਿਵਾਰ ਦੇ ਨਾਲ ਦੁੱਖ ਜਤਾਇਆ ਹੈ ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਤੇ ਦੋਵਾਂ ਦਾ ਪਿਤਾ ਗੁਰਜੀਤ ਸਿੰਘ ਵੀ ਫੌਜ ਵਿੱਚੋਂ ਸੇਵਾਮੁਕਤ ਹੈ ਪੰਜਾਬ ਦੇ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਖੇਤਾਂ ਦੇ ਵਿੱਚ 7-7 8-8 ਕਿਤੇ ਤਾਂ 9-9 ਫੁੱਟ ਰੇਤਾ ਚੜ ਗਈ ਸੀ ਤੇ ਉਹ ਰੇਤਾ ਕੱਢਣ ਦੀ ਸਰਕਾਰ ਨੇ ਹੁਣ ਮਨਜ਼ੂਰੀ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਮਨਜ਼ੂਰੀ ਸਿਰਫ 3 ਦਿਨਾਂ ਦੇ ਲਈ ਦਿੱਤੀ ਗਈ 3 ਅਕਤੂਬਰ ਤੋਂ 5 ਅਕਤੂਬਰ ਤੱਕ ਇਹ ਦਾਵਾ ਕੀਤਾ ਹੈ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਹਿੰਦੇ ਕਿਸਾਨੀ ਰੇਤਾ 3 ਤੋਂ 5 ਅਕਤੂਬਰ ਤੱਕ ਸਰਕਾਰ ਮੁਤਾਬਕ ਕੱਢ ਸਕਦੇ ਨੇ ਪਾਰੇ ਇਹਦੇ ਲਈ ਮਾਈਨਿੰਗ ਅਫਸਰ ਨੂੰ ਸੂਚਿਤ ਕਰਨਾ ਜ਼ਰੂਰੀ ਹੈ ਤੇ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਸਮਾਂ ਬਹੁਤ ਹੀ ਘੱਟ ਹੈ 8 ਤੋਂ 10 ਦਿਨ ਤੱਕ ਕਮ ਸੇ ਕਮ ਹਰੇਕ ਕਿਸਾਨ ਨੂੰ ਦਿੱਤੇ ਜਾਣੇ ਚਾਹੀਦੇ ਨੇ ਅਸਾਮ ਦੇ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਹੈ ਐਸਜੀਪੀਸੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਇਲਜ਼ਾਮ ਵੀ ਲਾਏ ਨੇ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੀਵਾਲ ਨੇ ਕਿਹਾ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ 2017 ਤੋਂ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਕੇਸ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਆ ਕੇ ਚੁੰਗ ਥਾਂਗ 'ਚ ਇੱਕ ਗਲੀ ਵਿੱਚ ਰੱਖ ਕੇ ਬੇਅਦਬੀ ਕੀਤੀ ਗਈ ਹੈ। ਕਹਿੰਦੇ ਐਸਜੀਪੀਸੀ ਉੱਥੋਂ ਦੀ ਸਿੰਘ ਸਭਾ ਕਮੇਟੀ ਦੇ ਜ਼ਰੀਏ ਕੇਸ ਲੜ ਰਹੀ ਹੈ। ਪਿਛਲੇ ਦਿਨੀ ਅਦਾਲਤ ਨੇ ਕਿਹਾ ਸੀ ਕਿ ਦੋਵੇਂ ਧਿਰਾਂ ਬੈ ਕੇ ਇਸ ਮਸਲੇ ਨੂੰ ਸੁਲਝਾਉਣ ਪਰ ਫਿਰ ਵੀ ਸਿਆਸੀ ਪ੍ਰਭਾਵ ਵਰਤ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗਰੇਵਾਲ ਨੇ ਕਿਹਾ ਕਿ ਹਾਲੇ ਤੱਕ ਦੋਵੇਂ ਧਿਰਾਂ ਮਿਲ ਬੈ ਕੇ ਆਪਸ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ ਅਜੇ ਹੀ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕਿਸੇ ਨੂੰ ਇਸ ਮਾਮਲੇ ਤੇ ਗੱਲ ਕਰਨ ਲਈ ਬੁਲਾਇਆ ਗਿਆ ਹੈ ਜਿਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਤੇ ਫੈਸਲਾ ਰੱਖਵਾ ਰੱਖ ਲਿਆ ਉਹਨਾਂ ਕਿਹਾ ਕਿ ਅਦਾਲਤ ਦੇ ਫੈਸਲੇ ਮੁਤਾਬਕ 5 9 ਨੂੰ ਤਾਂ ਐਸੇ ਸਾਲ ਫੈਸਲਾ ਰੱਖਵਾ ਹੁੰਦਾ ਤੇ ਸਿੱਕਮ ਦੇ ਮੁੱਖ ਮੰਤਰੀ 26 9 ਨੂੰ ਇਹ ਬਿਆਨ ਦਿੰਦੇ ਨੇ ਕਿ 1 ਇੰਚ ਥਾਂ ਵੀ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ ਕਹਿੰਦੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਐਸਜੀਪੀਸੀ ਨੇ ਮੰਗ ਕੀਤੀ ਹੈ ਕਿ ਮੀਡੀਆ ਵੱਤੋਂ ਵੱਦ ਇਸ ਮਾਮਲੇ ਨੂੰ ਚੁੱਕੇ ਤਾਂ ਜੋ ਸਿੱਖਾਂ ਨਾਲ ਹੋ ਰਿਹਾ ਤੱਕਾ ਬੰਦ ਹੋਵੇ ਕਿਉਂਕਿ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਡਾਂਗਵਾਰ ਸਾਹਿਬ ਉਹ ਪਹਿਲੇ ਗੁਰੂ ਸ੍ਰੀ ਗੁਣਾਨਕ ਸਾਹਿਬ ਦੀ ਯਾਦ ਨਾਲ ਸੰਬੰਧਿਤ ਹੈ ਅਗਲੀ ਖਬਰ ਵੀ ਸਿੱਕਮ ਤੋਂ ਹੈ ਜਿੱਥੇ ਬੱਦਲ ਫਟਣ ਕਾਰਨ ਹੜ ਦਾ ਕਹਿਰ ਮੱਚਿਆ ਹੋਇਆ 23 ਫੌਜੀ ਲਾਪਤਾ ਨੇ ਗੁਹਾਟੀ ਦੇ ਵਿੱਚ ਮੌਜੂਦ ਫੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟਨੈਂਟ ਕਰਨਲ ਮਹਿੰਦਰ रावत ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਬੱਦਲ ਫਟਣ ਕਾਰਨ ਤੀਸਤਾ ਨਦੀ ਵਿੱਚ ਹੜ ਗਿਆ ਫੌਜੀ ਕੈਂਪਾਂ ਨੂੰ ਇਹ ਹੜ ਵਹਾ ਕੇ ਲੈ ਗਿਆ ਫਿਲਹਾਲ ਲਾਪਤਾ ਫੌਜੀਆਂ ਦੀ ਭਾਲ ਲਈ ਮੁਹਿੰਮ ਚੱਲ ਰਹੀ ਹੈ ਮੁੱਖ ਮੰਤਰੀ ਪ੍ਰੀਮ ਸਿੰਘ ਤਮਾਗ ਨੇ ਸਥਿਤੀ ਦਾ ਜਾਇਜ਼ਾ ਲਿਆ ਮੰਗਲਵਾਰ ਦੇਰ ਰਾਤ ਕਰੀਬ ਰਾਤ ਨੂੰ 1:30 ਵਜੇ ਹੜ ਆਇਆ ਰੱਖਿਆ ਅਧਿਕਾਰੀਆਂ ਮੁਤਾਬਕ ਘਾਟੀ ਦੇ ਕਈ ਅਦਾਰੇ ਹੜ ਦੀ ਮਾਰ ਹੇਠ ਆ ਗਏ ਨੇ ਚੁੰਘਥਾਂਗ ਡੈਮ ਤੋਂ ਪਾਣੀ ਛੱਡਣ ਕਰਕੇ ਝੀਲ ਵਿੱਚ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਤੱਕ ਵੱਧ ਗਿਆ ਉੱਤਰੀ ਸਿਕਮ ਦੀ ਲਹੂਨਾਗ ਝੀਲ ਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ ਨੇੜੇ ਸਥਿਤ ਤੀਸਤਾ ਨਦੀ ਵਿੱਚ ਅਚਾਨਕ ਹੜ ਆਇਆ ਤੇ ਆਇਆ ਵੀ ਰਾਤ ਨੂੰ ਸੁੱਤੇ ਪਏ ਪਏ ਕਿੰਨੇ ਫੌਜੀ ਰੁੜ ਗਏ ਤੇ ਚੁੰਘ ਡੈਮ ਤੋਂ ਪਾਣੀ ਛੱਡਣ ਕਾਰਨ ਜਿਹੜਾ ਹੈਗਾ ਪਾਣੀ ਦਾ ਪੱਧਰ ਵਧਿਆ ਸਿੰਘਟਾਮ ਨੇੜੇ ਬਾਰਦਾਂਗ ਵਿਖੇ ਖੜੀਆਂ ਫੌਜ ਦੀਆਂ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਕੁਝ ਵਾਹਨਾ ਦੇ ਚਿੱਕੜ ਵਿੱਚ ਡੁੱਬਣ ਦੀ ਵੀ ਖਬਰ ਹੈ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਐਨਡੀਆਰਐਫ ਨੇ ਸਿੰਘਟਾਮ ਤੋਂ 7 ਜਣਿਆਂ ਨੂੰ ਬਚਾ ਲਿਆ ਬੱਦਲ ਫਟਣ ਕਾਰਨ ਪੂਰੇ ਹੜਵਰਗੇ ਹਾਲਾਤ ਦੀ ਤਸਵੀਰਾਂ ਦੇਖ ਕੇ ਤੁਸੀਂ ਵੀ ਦਹਿਲ ਗਏ ਹੋਵੋਗੇ ਐਨਡੀਆਰਐਫ ਦੀ ਇੱਕ ਟੀਮ ਗੰਗਟੋਕ ਤੇ ਦੋ ਟੀਮਾਂ ਪੱਛਮੀ ਬੰਗਾਲ ਦੇ ਸਿੱਕਮ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਾਤਾਰ ਫੌਜੀ ਜਿਹੜੇ ਲਾਪਤਾ ਨੇ ਉਹਨਾਂ ਨੂੰ ਲੱਭ ਰਹੀਆਂ ਨੇ ਪੰਜਾਬ ਸਿਵਲ ਸਕੱਤਰੇ ਦੇ ਮੁੱਖ ਦੁਆਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਤਸਵੀਰ ਸਜੋਬਿਤ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਕਹਿੰਦੇ ਸਕੱਤਰੇ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸਿੱਖਿਆ ਤੇ ਸੇਧ ਲੈ ਕੇ ਆਪਣੇ ਕੰਮਕਾਜ ਤੇ ਲੱਗਣ ਇਸੇ ਮਨੋਰਥ ਨਾਲ ਇਹ ਵੱਡ ਆਕਾਰੀ ਤਸਵੀਰ ਹੈ ਜਿਹੜੀ ਇੱਥੇ ਲਾਈ ਗਈ ਹੈ ਪੰਜਾਬ ਦੇ 3.5 ਕਰੋੜ ਲੋਕਾਂ ਦੇ ਲਈ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਕਹਿੰਦੇ ਗੁਰੂ ਸਾਹਿਬਾਨ ਸਹੀ ਸੋਚ ਤੇ ਸਹੀ ਫੈਸਲੇ ਲੈਣ ਦੀ ਤਾਕਤ ਬਖਸ਼ਦੇ ਰਹਿਣ ਤੇ ਮੁੱਖ ਮੰਤਰੀ ਨੇ ਜਿਹੜਾ ਐਕਸ ਦੇ ਉੱਤੇ ਜਾਣਕਾਰੀ ਦਿੱਤੀ ਹੈ ਉਸ ਤੇ ਸਭ ਤੋਂ ਪਹਿਲਾ ਟਵੀਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਦੇਖਿਆ ਜਾ ਸਕਦਾ ਹੈ ਉਹਨਾਂ ਨੇ ਲਿਖਿਆ ਕਿ ਬਹੁਤ ਚੰਗਾ ਇਹ ਉਪਰਾਲਾ ਹੈ ਇਹ ਤੋਂ ਸੇਧ ਲੈਣਗੇ ਲੋਕ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਦੇ ਹੋਏ ਤੋਂ ਸੇਧ ਲੈਣਗੇ ਪਰ ਕਹਿੰਦੇ ਤੁਹਾਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਗਾ ਐਨੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਪਰ ਕਿਤੇ ਨਾ ਕਿਤੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ ਆਪਣੇ ਆਪ ਤੇ ਫੋਕਸ ਹੋ ਜਾਂਦੇ ਹੋ ਪਰ ਇੱਕ ਸੁਪਰੀਮ ਪਾਵਰ ਹੈਗੀ ਐ ਇੱਕ ਵਾਹਿਗੁਰੂ ਹੈ ਅਕਾਲ ਪੁਰਖ ਹੈ ਜਿਹੜਾ ਹਮੇਸ਼ਾ ਸਾਡੇ ਤੇ ਨਜ਼ਰ ਰੱਖਦਾ ਹੈ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੀ ਗੱਲ ਕਰਾਂਗੇ ਭਾਰਤੀਪੁਰਸ਼ ਸ਼ੌਕੀ ਟੀਮ ਨੇ ਅੱਜ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਹੈ ਹੁਣ ਭਾਰਤ ਦੇ ਲਈ ਚਾਂਦੀ ਤੱਤ ਅਗਮਾ ਤਾਂ ਪੱਕਾ ਹੀ ਪੱਕਾ ਹੈ ਪਰ ਭਾਰਤੀ ਆਸ ਕਰ ਰਹੇ ਨੇ ਕਿ ਸੋਨਾ ਜ਼ਰੂਰ ਮਿਲੇ ਭਾਰਤੀ ਟੀਮ ਪਹਿਲੇ ਵੈਟਰ ਦੇ ਵਿੱਚ 3 0 ਦੇ ਨਾਲ ਅੱਗੇ ਸੀ ਪਰ ਅੱਧੇ ਸਮੇਂ ਤੱਕ ਸਕੋਰ 4 2 ਰਿਹਾ ਤੇ ਫਿਰ ਅਖੀਰ ਤੇ ਭਾਰਤੀ ਟੀਮ ਨੇ ਇਹ ਮੈਚ ਦੱਖਣੀ ਕੋਰੀਆ ਤੋਂ ਜਿੱਤ ਲਿਆ ਭਾਰਤ ਦੀ ਲਵਲੀਨਾ ਬੋਰਗੋਹੇਨ 75 ਕਿਲੋਗ੍ਰਾਮ ਮੈਲਾ ਮੁੱਕੇ ਵਜੇ ਦੇ ਫਾਈਨਲ ਵਿੱਚ ਚੀਨ ਦੀ ਲੀ ਕਾਨ ਤੋਂ ਹਾਰ ਗਈ ਤੇ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਇਸ ਤੋਂ ਪਹਿਲਾਂ ਪ੍ਰਵੀਨ ਹੁੱਡਾ ਨੂੰ ਮੈਲਾ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਦੇ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਚੀਨੀ ਤਾਈਪੇ ਦੀ ਲਿੰਗ ਯੂਟਿੰਗ ਤੋਂ ਹਾਰ ਕੇ ਕਾਂਸੀ ਦਾ ਤਗਮਾ ਮਿਲਿਆ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਭਾਰਤ ਦੀ ਸਭ ਤੋਂ ਵੱਡੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਲੀਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਈਡੀ ਦੀ ਪੁੱਛਗਿੱਛ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਪੀ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੀਟੀਆਈ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਮਿਲੀ ਹੈ ਈਡੀ ਨੇ ਅੱਜ ਤੜਕੇ ਤੋਂ ਹੀ ਸੰਜੇ ਸਿੰਘ ਦੇ ਘਰੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਆਖਿਰਕਾਰ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪੀਟੀਆਈ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਸੁਰੱਖਿਆ ਮੁਲਾਜ਼ਮوں ਦੇ ਘਰ ਦੇ ਅੰਦਰ ਨਜ਼ਰ ਆ ਰਹੇ ਨੇ ਇਹ ਛਾਪੀਮਾਰੀ ਕਥਿਤ ਸ਼ਰਾਬ ਨੀਤੀ ਘਟਾਲੇ ਦੇ ਸੰਬੰਧ ਵਿੱਚ ਦੱਸੀ ਗਈ ਸੰਜੇ ਸਿੰਘ ਦੇ ਸਾਥੀਆਂ ਦੀ ਇਸ ਸਾਲ ਦੇ ਸ਼ੁਰੂ ਦੇ ਵਿੱਚ ED ਦੇ ਵੱਲੋਂ ਪਾਲ ਕੀਤੀ ਗਈ ਸੀ ED ਦੇ ਸੂਤਰਾਂ ਦੇ ਮੁਤਾਬਿਕ ਦਿੱਲੀ ਐਕਸਾਈਜ਼ ਪਾਲਸੀ ਕੇਸ ਦੇ ਵਿੱਚ ਦੋ ਮੁਲਜ਼ਮ ਗਵਾਹ ਬਣ ਗਏ ਨੇ ਉਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਹੀ ਈਡੀ ਨੇ ਸੰਜੇ ਸਿੰਘ ਦੇ ਘਰ ਵਿੱਚ ਇਹ ਤਲਾਸ਼ੀ ਮੁਹਿੰਮ ਚਲਾਈ ਤੇ ਸੰਜੇ ਸਿੰਘ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰ ਜਿਹੜੇ ਕਿ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਅਤੇ ਮਨੀਸ਼ ਸੋਧਿਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਦੋਵੇਂ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਤੀਸਰਾ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਜੇਲ੍ਹ ਦੇ ਵਿੱਚ ਚਲਾ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਛਾਪਿਆਂ ਦਾ ਵਿਰੋਧ ਕੀਤਾ ਹੈ ਤੇ ਸੰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਖਬਰਾਂ ਪੜੇ ਜਾਣ ਤੱਕ ਤਾਂ ਨਹੀਂ ਬੋਲੇ ਸੀ ਅਰਵਿੰਦ ਕੇਜਰੀਵਾਲ ਤਾਂ ਨਹੀਂ ਬੋਲੇ ਸੀ ਪਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਹੀ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਜ਼ਰੂਰ ਬਿਆਨ ਦਿੱਤਾ ਹੈ ਕਿ ਇਹ ਕੋਈ ਘੁਟਾਲਾ ਨਹੀਂ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਰਾਜਨੀਤੀ ਕੀਤੀ ਜਾ ਰਹੀ ਹੈ ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਕਹਿੰਦੇ 15 ਮਹੀਨੇ ਹੋ ਗਏ ਜਾਂਚ ਚੱਲਦੇ ਨੂੰ ਇੱਕ ਵੀ ਪੈਸਾ ਜਾਂ ਅਧਿਕਾਰੀਆਂ ਨੂੰ ही मिले जबकि अजीब सा आरोप है भाजपा का घोटाला नहीं यह कोई अनियमित केस नहीं राजनीति से प्रेरित भारतीय जनता पार्टी जो दो हजार चौबीस के चुनाव हारने जा रही है उस हार को सामने देख डरी हुई है घबराई हुई है। ये एक बौखलाई हुई बीजेपी जो आने वाला चुनाव हारने जा रही है उस हार के डर से आनंद फानन में ये काम कर रही है जिसके तहत आज हमारी पार्टी के साथी संजय सिंह के घर पे ईडी की रेड करवाई गई है मैं साफ तौर पे कहना चाहता हूं जो ईडी की रेड पिछले कई घंटों से संजय सिंह के घर पे चल रही है ਇੱਕ ਫੂਟੀ ਕੋਰਡੀਨਸ ਨੂੰ ਕੋਹਾਂ ਸੇ ਬਰਾਮਤ ਨਹੀਂ ਹੋਈ ਤੇ ਅੱਜ ਤੜਕੇ ਜਦੋਂ ਸੰਜੀਤ ਸਿੰਘ ਦੇ ਘਰ ਈਡੀ ਦੇ ਛਾਪੇ ਵੱਜ ਰਹੇ ਸੀ ਤਾਂ ਭਾਜਪਾ ਵਰਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਲੱਗੇ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦਿੱਲੀ ਦੇ ਬਾਹਰ ਪ੍ਰਦਰਸ਼ਨ ਕੀਤਾ ਪਾਰਟੀ ਦੇ ਆਲੇ ਦੁਆਲੇ ਕਈ ਥਾਵਾਂ ਤੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਵਾਲੇ ਪੋਸਟਰ ਵੀ ਲਾਏ ਗਏ ਹਾਲਾਂਕਿ ਪ੍ਰਦਰਸ਼ਨ ਕਰਦੇ ਕੁਝ ਭਾਜਪਾ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਈਡੀ ਦੀ ਕਾਰਵਾਈ ਦੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਮ ਕਾਰ ਰਣਬੀਰ ਕਪੂਰ ਨੂੰ ਵੀ ਈਡੀ ਨੇ ਸੰਮਨ ਭੇਜ ਦਿੱਤੇ ਨੇ ਪੁੱਛਗਿੱਛ ਦੇ ਲਈ ਬੁਲਾਇਆ ਹੈ ਪੀਟੀਆਈ ਅਤੇ ਏਐਨਆਈ ਖਬਰ ਏਜੰਸੀਆਂ ਦੇ ਮੁਤਾਬਕ ਈਡੀ ਨੇ ਛੱਤੀਸਗੜ੍ਹ ਦੇ ਮਹਾਦੇਵ ਬੈਟਿੰਗ ਐਪਲੀਕੇਸ਼ਨ ਦੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਰਣਬੀਰ ਕਪੂਰ ਨੂੰ ਸੰਮਨ ਭੇਜੇ ਗਏ ਨੇ ਪੀਟੀਆਈ ਨੇ ਲਿਖਿਆ ਕਿ ਰਣਬੀਰ ਕਪੂਰ ਨੇ ਕਥਿਤ ਤੌਰ ਤੇ ਐਪ ਦੇ ਪ੍ਰਮੋਟਰਾਂ ਤੋਂ ਪੈਸੇ ਲਏ ਸਨ ਇਹ ਪੈਸੇ ਐਪ ਦੇ ਪ੍ਰਮੋਟਰ ਦੇ ਵਿਆਹ ਦੇ ਵਿੱਚ ਪਰਫਾਰਮ ਕਰਨ ਤੋਂ ਬਾਅਦ ਉਹਦੇ ਇਵਜ ਦੇ ਰੂਪ ਦੇ ਵਿੱਚ ਲਏ ਗਏ ਸਨ ਯਾਨੀ ਕਿ ਵਿਆਹ ਤੇ ਪਰਫਾਰਮੈਂਸ ਦੇਣ ਦੇ ਮਹਿੰਤਾਨੇ ਵਜੋਂ ਲਏ ਗਏ ਸਨ ਨੰਦੇੜ ਦੇ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਡੀਨ ਤੋਂ ਗੰਦੇ ਪਖਾਨੇ ਸਾਫ਼ ਕਰਵਾਉਣ ਕਾਰਨ ਸ਼ਿਵਸੈਨਾ ਦੇ ਸੰਸਦ ਮੈਂਬਰ ਹਿਮੰਤ ਪਾਟਲ ਤੇ ਕੇਸ ਦਰਜ ਕੀਤਾ ਗਿਆ ਹੈ ਪਾਟਲ 48 ਘੰਟਿਆਂ ਦੇ ਵਿੱਚ 31 ਮਰੀਜ਼ਾਂ ਦੀ ਜਾਨ ਜਾਣ ਤੋਂ ਬਾਅਦ ਸਿੱਤੇ ਦਾ ਜਾਇਜ਼ਾ ਲੈਣ ਲਈ ਇਸ ਹਸਪਤਾਲ ਦੇ ਵਿੱਚ ਪਹੁੰਚੇ ਸਨ ਹਸਪਤਾਲ ਦੇ ਕਾਰਜਕਾਰੀ ਡੀਨ ਐਸ ਆਰ ਵਕੋਡੇ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਵਿਗਨ ਪਾਉਣ ਤੇ ਉਹਨਾਂ ਨੂੰ ਬੇਇੱਜ਼ਤ ਕਰਨ ਦੇ ਦੋਸ਼ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦੇ ਕੇ ਸਰਚ ਕੀਤਾ ਗਿਆ ਹੈ ਹਿੰਗੋਲੀ ਤੋਂ ਸੰਸਦ ਮੈਂਬਰ ਪਾਟਲ 30 ਸਤੰਬਰ ਤੋਂ 2 ਅਕਤੂਬਰ ਦਰਮਿਆਨ 12 ਬੱਚਿਆਂ ਸਮੇਤ 31 ਜਣਿਆਂ ਦੀ ਜਾਨ ਜਾਣ ਤੋਂ ਨਰਾਜ਼ ਸਨ ਤੇ ਉਹ ਡਾਕਟਰ ਸ਼ੰਕਰ राव चव्हाण ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਪਹੁੰਚੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਪਾਟਲ ਨੂੰ ਵਕੋਡੇ ਨੂੰ ਝਾੜੂ ਦਿੰਦੇ ਅਤੇ ਗੰਦੇ ਪਖਾਨੇ ਸਾਫ਼ ਕਰਵਾਉਂਦੇ ਦੇਖਿਆ ਗਿਆ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੇ ਵਿੱਚ ED ਨੂੰ ਹੁਕਮ ਜਾਰੀ ਕੀਤੇ ਨੇ ਕਿ ਉਹ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਲਿਖਤੀ ਰੂਪ ਦੇ ਵਿੱਚ ਗ੍ਰਿਫਤਾਰੀ ਦਾ ਕਾਰਨ ਦੱਸੇ। ਸੁਪਰੀਮ ਕੋਰਟ ਨੇ منی ਲਾਂਡਰਿੰਗ ਮਾਮਲੇ ਵਿੱਚ ਰੀਅਲ ਅਸਟੇਟ ਗਰੁੱਪ M3M ਦੇ ਡਾਇਰੈਕਟਰਾਂ ਪੰਕਜ ਵਾਂਸਲ ਅਤੇ ਬਸੰਤ ਵਾਂਸਲ ਦੀ ਗ੍ਰਿਫਤਾਰੀ ਨੂੰ ਰੱਦ ਕਰਦੇ ਹੋਏ ਇਹ ਨਿਰਦੇਸ਼ ਦਿੱਤੇ ਨੇ। ਜਸਟਿਸ A S ਵੋਪੰਨਾ ਅਤੇ ਸੰਜੀ ਕੁਮਾਰ ਦੀ ਬੈਂਚ ਨੇ ਕਿਹਾ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਕਾਰਨਾਂ ਨੂੰ ਬਿਨਾਂ ਕਿਸੇ અપਵਾਦ ਦੇ ਦੇਣਾ ਲਾਜ਼ਮੀ ਕਰ ਰਹੇ ਹਾਂ। ਅਦਾਲਤ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਵਾਂਸਲ ਨੂੰ 14 ਜ ਉਸ ਦਿਨ ਇੱਕ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਦਿੱਲੀ ਦੀ ਅਦਾਲਤ ਨੇ ਅੱਜ ਆਰ ਜੀ ਡੀ ਮੁਖੀ ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਪਤਨੀ ਰਾਵੜੀ ਦੇਵੀ ਤੇ ਪੁੱਤਰ ਅਤੇ ਵਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਰੇਲਵੇ ਦੇ ਵਿੱਚ ਜ਼ਮੀਨੀ ਨੌਕਰੀ ਘੁਟਾਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਮੌਲਸਮਾਂ ਦੇ ਖਿਲਾਫ ਜਾਰੀ ਸੰਬੰਧੀ ਪਾਲਣਾ ਕਰਦੇ ਹੋਏ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹਨਾਂ ਨੂੰ ਇਹ ਰਾਹਤ ਦਿੱਤੀ। ਯੂਪੀ ਦੇ ਵਾਰਾਨਸੀ ਜ਼ਿਲ੍ਹੇ ਦੇ ਫੂਲਪੁਰ थाना ਇਲਾਕੇ ਦੇ ਵਿੱਚ ਅੱਜ ਵਾਰਾਨਸੀ ਲਖਨਊ ਹਾਈਵੇ ਤੇ ਕਾਰ ਅਤੇ ਟਰੱਕ ਵਿਚਾਲੇ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆ ਸਣੇ 8 ਜਾਨੇ ਖਤਮ ਹੋ ਗਏ। ਸਾਥਸੀ ਦੇ ਵਿੱਚ 3 ਸਾਲ ਦਾ داخل کروایا ਗਿਆ پولیس ਮੁਤਾਬਕ ਕਾਰ ਸਵਾਰ ਪੀਪੀਪੀ ਦੇ ਰਹਿਣ ਵਾਲੇ ਸਨ ਵਾਰਾਨਸੀ ਦੇ ਵਿੱਚ ਪੂਜਾ ਕਰਨ ਤੋਂ ਬਾਅਦ ਜੌਨਪੁਰ ਜਾ ਰਹੇ ਸੀ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਨੇ ਅੱਜ ਭਾਰਤੀ ਹਵਾਈ ਹਵਾਈ ਫੌਜ ਨੂੰ ਪਹਿਲਾ ਐਲਸੀਏ ਤਿੱਜ 2 ਸੀਟਾਂ ਵਾਲਾ ਜਹਾਜ਼ ਸੌਂਪ ਦਿੱਤਾ ਕੰਪਨੀ ਨੇ ਦੱਸਿਆ ਕਿ 2 ਸੀਟਾਂ ਵਾਲਾ ਜਹਾਜ਼ ਹਵਾਈ ਫੌਜ ਦੀਆਂ ਸਿਖਲਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ ਲੋਡ ਪੈਨ ਤੇ ਮੈਦਾਨੇ ਜੰਗ ਦੇ ਵਿੱਚ ਵੀ ਕਾਰਨਾਮੇ ਦਿਖਾ ਸਕਦਾ ਹੈ ਕੇਂਦਰੀ ਰੱਖਿਆ ਰਾਜ ਮੰਤਰੀ ਅਜੇਪਟ ਸਮਾਗਮ ਦੌਰਾਨ ਮੁੱਖ ਮਹਿਮਾਨ ਸਨ ਜਿਸ ਵਿੱਚ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਵੀਰ ਚੌਧਰੀ ਦੀ ਮੌਜ ਜੋ ਐਲਸੀਏ ਟਵਿਨ ਸੀਟਰ ਫੋਰਜ ਨੂੰ ਸੌਪਿਆ ਗਿਆ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਤੋਂ ਖਬਰ ਹੈ ਜਿੱਥੇ ਬਾਲਟਿਮੋਰ ਸਥਿਤ ਮੋਰਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਅੱਜ ਗੋਲੀਬਾਰੀ ਹੋਈ ਚਾਰ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਘਟਨਾ ਸਥਾਨ ਤੇ ਹਮਲਾਵਰ ਦੀ ਮੌਜੂਦਗੀ ਕਾਰਨ ਪੁਲਿਸ ਮੌਕੇ ਤੇ ਮੌਜੂਦ ਸੀ ਪੁਲਿਸ ਮੁਤਾਬਿਕ ਸਾਰਿਆਂ ਨੂੰ ਆਪੋ ਆਪਣੀ ਥਾਂ ਤੇ ਲੁਕਣ ਲਈ ਵੀ ਕਿਹਾ ਗਿਆ ਅਮਰੀਕਾ ਤੋਂ ਹੀ ਅਗਲੀ ਖਬਰ ਹੈ ਜਿੱਥੇ ਭਾਰਤੀ ਮੂਲ ਦੇ ਦੋ ਜਣਿਆਂ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਸਹਾਇਤਾ ਸਕੀਮ ਤਹਿਤ ਕਰਜ਼ਾ ਲੈ ਕੇ ਕਰੋੜਾਂ ਡਾਲਰਾਂ ਦੀ ਧੋਖਾਧੜੀ ਵਿੱਚ ਸ਼ਾਮ ਨਿਆ ਵਿਭਾਗ ਨੇ ਕਿਹਾ ਕਿ ਹਿਊਸਟਨ ਦੇ 41 ਸਾਲ ਦੇ ਨਿਸ਼ਾਂਤ ਪਟੇਲ ਤੇ 49 ਸਾਲ ਦੇ ਹਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ਾ ਲੈ ਕੇ ਲੱਖਾਂ ਡਾਲਰਾਂ ਦੀ ਧੋਖਾਧੜੀ ਤੇ ਮਨੀ ਲਾਂਡਰਿੰਗ ਕਰਨ ਦੇ ਵਿੱਚ ਸ਼ਾਮਲ ਸਨ ਇਸ ਤੋਂ ਖਾਤੜੀ ਤਹਿਤ ਪਟੇਲ ਨੇ ਲਗਭਗ 474993 ਡਾਲਰ ਤੇ ਸੁਰਜੀਤ ਸਿੰਘ ਨੇ 937379 ਡਾਲਰ ਦਾ ਕਰਜ਼ਾ ਲਿਆ ਜਿਹੜੇ ਤਿੰਨ ਹੋਰ ਵਿਅਕਤੀ ਸ਼ਾਮਲ ਸਨ ਤੋਂ ਖਾਤੜੀ ਦੇ ਵਿੱਚ ਉਹਨਾਂ ਨੇ 14 ਲੱਖ ਡਾਲਰ ਤੋਂ ਵੱਧ ਹਾਸਲ ਕੀਤੇ ਇਹਨਾਂ ਸਾਰਿਆਂ ਨੂੰ ਅਗਲੇ ਸਾਲ 4 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਹਰੇਕ ਦੋਸ਼ੀ ਨੂੰ ਵੱਧ ਤੋਂ ਵੱਧ 5 ਸਾਲ ਦੀ ਕੈਦ ਹੋ ਸਕਦੀ ਹੈ ਅਗਲੀ ਖਬਰ ਵੀ ਅਮਰੀਕਾ ਤੋਂ ਹੀ ਹੈ ਜਿੱਥੇ ਕੇਵਿਨ ਮੈਕਾਰਥੀ ਨੂੰ ਅਮਰੀਕਾ ਦੇ ਵਿੱਚ ਪ੍ਰਤੀਨਿਧੀ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸਦਨ ਦੇ ਵਿੱਚ ਵੋਟਿੰਗ ਹੋਈ ਤੇ ਉਹਨਾਂ ਦੇ ਖਿਲਾਫ 216 ਵੋਟਾਂ ਪਈਆਂ ਜਦਕਿ ਸਮਰਥਨ ਦੇ ਵਿੱਚ ਸਿਰਫ 10 ਵੋਟਾਂ ਪਈਆਂ ਹਾਲਾਂਕਿ 6 ਵੋਟਾਂ ਦੇ ਫਰਕ ਦੇ ਨਾਲ ਉਹ ਹਾਰ ਗਏ ਕਈ ਵਿਸ਼ਲੇਸ਼ਕਾਂ ਨੇ ਸੋਚਿਆ ਕਿ ਸ਼ਾਇਦ ਕੁਝ ਮਕਾਰਤੀ ਦੇ ਹੱਕ ਵਿੱਚ ਵੋਟਾਂ ਪਾਉਣਗੇ ਪਰ ਅਜੇ ਹਾਂ ਨਹੀਂ ਹੋਇਆ ਪਾਰਟੀ ਦੇ ਚੋਟੀ ਦੇ ਲੀਡਰਾਂ ਵਿੱਚੋਂ ਇੱਕ ਜੈਮੀ ਰਾਸਕਿੰਨੇ ਕਿਹਾ ਕਿ ਸਾਡੇ ਸਾਹਮਣੇ ਸਭ ਤੋਂ ਸਪਸ਼ਟ ਵਿਕਲਪਾਂ ਦੇ ਵਿੱਚੋਂ ਇੱਕ ਸੀ ਕਿ ਕਿਸ ਨੂੰ ਵੋਟ ਪਾਣੀ ਹੈ ਨਹੀਂ ਕਿਸ ਨੂੰ ਨਹੀਂ ਪਾਣੀ ਇਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਸਦਨ ਦੇ ਸਪੀਕਰ ਦਾ ਅਹੁਦਾ ਖਾਲੀ ਹੋ ਗਿਆ ਹੈ ਹਾਲਾਂਕਿ ਕਈ ਰਿਪਬਲਿਕਨ ਸੰਸਦ ਮੈਂਬਰਾਂ ਨੇ ਜਾ ਕੇ ਉਹਨਾਂ ਨਾਲ ਹੱਥ ਮਿਲਾਇਆ ਅਹੁਦੇ ਤੋਂ ਹਟਾਉਣ ਦੇ ਲਈ ਵੋਟ ਪਾਉਣ ਵਾਲੇ 216 ਸੰਸਦ ਮੈਂਬਰਾਂ ਦੇ ਵਿੱਚ 8 ਰਿਪਬਲਿਕਨ ਸੰਸਦ ਮੈਂਬਰ ਵੀ ਹਨ ਸਮਰਥਨ ਦੇ ਵਿੱਚ ਵੋਟ ਪਾਉਣ ਵਾਲੇ ਵੀ ਸਾਰੇ 210 ਸੰਸਦ ਮੈਂਬਰ ਰਿਪਬਲਿਕਨ ਪਾਰਟੀ ਦੇ ਹਨ ਜੇ ਉਹ 8 ਵੀ ਰਿਪਬਲਿਕਨ ਹੁੰਦੇ ਤਾਂ ਜਿਹੜਾ ਹੈਗਾ ਸਦਨ ਦੇ ਸਪੀਕਰ ਨੂੰ ਮਕਰਤੀ ਨੂੰ ਹਟਾਇਆ ਨਹੀਂ ਜਾ ਸਕਦਾ ਸੀ emergancy bulletin ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਅਫਵਾਹਾਂ ਤੋਂ ਬਚ ਕੇ ਰਹੋ ਧੰਨਵਾਦ